ਸਾਰੇ ਹੀ ਪਰਿਵਾਰਾਂ ਨੂੰ ਇੱਕ ਵਾਰ ਫਿਰ ਸਤਿਗੁਰੂ ਪ੍ਰਭੂ ਯਿਸੂ ਮਸੀਹ ਜੀ ਦੇ ਅਤ ਪਵਿੱਤਰ ਜ਼ਿੰਦਾ ਨਾਂ 'ਚ ਪਿਆਰ ਦੇ ਨਾਲ ਭਰੀ ਸ਼ਹਿਦ ਨਾਲੋਂ ਮਿੱਠੀ ਅਤੇ ਨਿਹਾਲ ਕਰਦੀ ਜੈ ਮਸੀਹ ਦੀ ਪ੍ਰਵਾਨ ਕਰੋ ਜੀ। ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਖਾਸ ਭੋਜਨ ਲੈ ਕੇ ਆਇਆ ਹਾਂ ਔਰ ਜਦ ਤੁਸੀਂ ਇਸ ਭੋਜਨ ਨੂੰ ਖਾਓਗੇ ਤਾਂ ਬਹੁਤ ਹੀ ਤਾਕਤਵਰ ਬਣ ਜਾਓਗੇ ਪ੍ਰਭੂ ਦੇ ਨਾਂ 'ਚ। ਇਹ ਨਾ ਆਉਣ ਵਾਲੇ ਜ਼ਮਾਨੇ ਦੀ ਤਿਆਰੀ ਹੋ ਰਹੀ ਹੈ। ਜਿਹੜਾ ਆਉਣ ਵਾਲਾ ਜ਼ਮਾਨਾ ਹੈ ਉਹਦੇ ਵਿੱਚ ਇੱਦਾਂ ਇਬਾਦਤਾਂ ਕਰਨੀਆਂ ਪਿਆ ਕਰਨੀਆਂ ਛੋਟੀਆਂ ਛੋਟੀਆਂ, ਔਰ ਅੱਜ ਮੈਂ ਆਪ ਜੀ ਦੇ ਨਾਲ ਗੱਲ ਕਰਨੀ ਹੈ। ਜਿਹੜੇ ਲੋਕਾਂ ਦੇ ਅੰਦਰ ਡਰ ਹੈ, ਜਿਹੜੇ ਅੰਦਰੋਂ ਡਰਦੇ ਨੇ, ਦੇਖੋ ਦੁੱਖ ਅਤੇ ਸੁੱਖ ਜ਼ਿੰਦਗੀ ਦਾ ਇੱਕ ਹਿੱਸਾ ਹੈ। ਦੁੱਖ ਆ ਵੀ ਸਕਦਾ, ਜੇ ਦੁੱਖ ਆ ਸਕਦਾ ਤੇ ਦੁੱਖ ਕਿਆ ਬਾਤ ਹੈ। ਦੁੱਖ ਕਦੇ ਵੀ ਆਪੇ ਨਹੀਂ ਆਉਂਦਾ ਤੇ ਨਾ ਕਦੇ ਆਪੇ ਜਾਂਦਾ। ਦੁੱਖ ਦੇ ਆਉਣ ਦਾ ਵੀ ਇੱਕ ਤਰੀਕਾ ਹੈ ਤੇ ਦੁੱਖ ਦੇ ਜਾਣ ਦਾ ਵੀ ਇੱਕ ਤਰੀਕਾ ਹੈ। ਸਾਡੇ ਜਿਸਮ ਦੇ ਵਿੱਚ, ਸਾਡੇ ਪਰਿਵਾਰ ਦੇ ਵਿੱਚ ਅਗਰ ਦੁੱਖ ਆਇਆ ਹੈ ਤੇ ਉਸ ਦੁੱਖ ਦਾ ਇੱਕ ਕਾਰਨ ਹੈ। ਪਹਿਲੀ ਗੱਲ, ਜਦੋਂ ਸਾਡੇ ਜੀਵਨ ਦੇ ਵਿੱਚ ਦੁੱਖ ਆਉਂਦਾ ਹੈ, ਉਹ ਦੁੱਖ ਸਾਨੂੰ ਪਰਮਾਤਮਾ ਦੇ ਨਜ਼ਦੀਕ ਲੈ ਕੇ ਜਾਂਦਾ। ਪਹਿਲੀ ਗੱਲ ਇਹ ਹੈ, ਜੇ ਤੁਹਾਡੀ ਜੀਵਨ ਵਿੱਚ ਕੋਈ ਦੁੱਖ ਨਾ ਹੋਵੇ ਤੇ ਤੁਸੀਂ ਬਾਹਰ ਲਲਕਾਰੇ ਮਾਰਦੇ ਫਿਰਨਾ ਸੀ, ਅੱਜ ਬੜਕਾਂ ਮਾਰਨੀਆਂ ਸੀ, ਇੱਥੇ ਕਿੰਨੇ ਬਹਿਣਾ ਸੀ ਆ ਕੇ? ਇੱਥੇ ਤਾਂ ਉਹ ਬੈਠਾ ਹੈ ਜਿਹਦੇ ਜੀਵਨ ਦੇ ਵਿੱਚ ਦੁੱਖ ਹੈ ਤੇ ਉਹ ਦੁੱਖ ਤੁਹਾਨੂੰ ਕਿੱਥੇ ਲੈ ਕੇ ਆ ਗਿਆ? ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆ ਗਿਆ। ਉਹ ਕਿੰਨਾ ਵਧੀਆ ਦੁੱਖ ਹੈ ਯਾਰ ਜਿਹੜਾ ਤੁਹਾਨੂੰ ਰੱਬ ਦੇ ਲਾਗੇ ਲੈ ਆਇਆ। ਪਰ ਹੁਣ ਆਪਾਂ ਪਰਮਾਤਮਾ ਨੂੰ ਇਹ ਭਰੋਸਾ ਦਿਵਾਉਣਾ ਬਈ ਮੈਂ ਆ ਤਾਂ ਗਿਆ ਕਰਕੇ ਮੈਨੂੰ ਦੁੱਖ ਲੈ ਕੇ ਆਇਆ ਸੀ, ਪਰ ਹੁਣ ਜਦੋਂ ਸੁੱਖ ਮੇਰੇ ਜੀਵਨ 'ਚ ਆਵੇਗਾ ਮੈਂ ਤਾਂ ਵੀ ਤੇਰੇ ਚਰਨਾਂ ਵਿੱਚ ਰਵਾਂਗਾ। ਤੇ ਜਦੋਂ ਤੁਸੀਂ ਇਹ ਗੱਲ ਅਸੈਪਟ ਕਰ ਲਈ, ਤੁਸੀਂ ਇਹ ਮੰਨ ਲਿਆ ਤੇ ਜਿਹੜਾ ਦੁੱਖ ਆ
ਉਹਨੇ ਵੀ ਕੀ ਕਰਨਾ, ਉਹਨੇ ਵੀ ਚੱਲ ਜਾਣਾ, ਕਿਉਂਕਿ ਉਹਦਾ ਕੰਮ ਇੰਨਾ ਹੀ ਆ ਡਿਲੀਵਰੀ ਕਰਨਾ, ਦੁੱਖ ਦਾ ਇੰਨਾ ਹੀ ਕੰਮ ਹੈ। ਉਹਨੇ ਤੁਹਾਨੂੰ ਫੜਨਾ ਔਰ ਪ੍ਰਭੂ ਦੀ ਹਜ਼ੂਰੀ ਵਿੱਚ ਛੱਡ ਦੇਣਾ। ਪਰ ਜੇ ਤੁਸੀਂ ਅਗਰ ਇਹ ਮਨ 'ਚ ਪੱਕਾ ਕਰ ਲਿਆ ਕਿ ਪਰਮਾਤਮਾ ਗੋਡ, ਹੁਣ ਮੈਂ ਆਇਆ ਤਾਂ ਭਾਵੇਂ ਦੁੱਖ ਦੇ ਨਾਲ ਸੀ, ਪਰ ਮੈਂ ਅੱਜ ਦੁੱਖ ਦੇ ਨਾਲ ਵਾਪਸ ਜਾਣਾ ਨਹੀਂ ਚਾਹੁੰਦਾ, ਅਤੇ ਮੈਂ ਤੁਹਾਨੂੰ 100% ਗਰੰਟੀ ਕਰਦਾ, ਜਿਹੜੇ ਬੰਦੇ ਨੇ ਵਿਸ਼ਵਾਸ ਕਰ ਲਿਆ ਅਤੇ ਕਹਿ ਦਿੱਤਾ ਕਿ ਰੱਬਾ ਗੋਡ ਮੈਂ ਆਇਆ ਤਾਂ ਭਾਵੇਂ ਦੁੱਖ ਦੇ ਨਾਲ ਸੀ, ਮੈਂ ਤੇਰੇ ਉੱਤੇ ਨੇਚਾ ਕਰਦਾ, ਅੱਜ ਮੈਨੂੰ ਦੁੱਖ ਦੇ ਨਾਲ ਵਾਪਸ ਨਾ ਭੇਜੀ। ਅਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਦੁੱਖ ਵੱਖਰਾ ਜਾਏਗਾ ਔਰ ਤੁਸੀਂ ਵੱਖਰੇ ਜਾਓਗੇ ਆਪਣੇ ਘਰ ਵਿੱਚ। ਉਹ ਤੁਹਾਨੂੰ ਅਲੱਗ ਕਰਨ ਦੀ ਸ਼ਕਤੀ ਰੱਖਦਾ, ਉਹਦਾ ਨਾਂ ਇਸ ਚੀਜ਼ ਨੂੰ ਰੀਪ੍ਰਜੈਂਟ ਕਰਦਾ, ਉਹਦਾ ਨਾਮ ਇਸ ਚੀਜ਼ ਨੂੰ ਦਿਖਾ ਰਿਹਾ ਅੱਜ ਕਿ ਮੈਂ ਤੁਹਾਨੂੰ ਸ਼ਾਂਤੀ ਦੇ ਸਕਦਾ, ਮੈਂ ਤੁਹਾਨੂੰ ਆਜ਼ਾਦੀ ਦੇ ਸਕਦਾ। ਸੁਣੋ, ਕਿੰਨੀਆਂ ਆਦਤਾਂ ਨੇ ਜਿਹੜੀਆਂ ਆਦਮੀ ਛੱਡਣੀਆਂ ਚਾਹੁੰਦਾ, ਵਿੱਚੋਂ ਹੀ ਔਰਤਾਂ ਆਦਤਾਂ ਛੱਡਣੀਆਂ ਚਾਹੁੰਦਾ, ਪਰ ਆਖਰ ਦੇ ਵਿੱਚ ਕੀ ਕਹਿੰਦਾ, ਮੈਂ ਤਾਂ ਛੱਡਣੀਆਂ ਚਾਹੁੰਦਾ ਪਰ ਹੁਣ ਆਦਤਾਂ ਨਹੀਂ ਮੈਨੂੰ ਛੱਡਦੀਆਂ। ਮਤਲਬ ਅਸੀਂ ਕਮਜ਼ੋਰ ਹੋ ਗਏ ਅਤੇ ਆਦਤਾਂ ਜ਼ੋਰਾਵਰ ਹੋ ਗਈਆਂ। ਅਤੇ ਜਦੋਂ ਤੁਹਾਨੂੰ ਇੱਥੇ ਲਿਆਂਦਾ ਕਿਸੇ ਚੀਜ਼ ਨੇ ਪਹੁੰਚਾ ਦਿੱਤਾ, ਅਤੇ ਅੱਜ ਆਪਾਂ ਕੀ ਕਰਨਾ, ਅੱਜ ਆਪਾਂ ਆਪ ਤਕੜੇ ਹੋਣਾ, ਆਪ ਪਾਵਰਫੁੱਲ ਹੋਣਾ, ਅਤੇ ਆਦਤਾਂ ਨੂੰ ਕੀ ਕਰਨਾ, ਕਮਜ਼ੋਰ ਕਰਨਾ। ਪਰ ਪ੍ਰੋਬਲਮ ਇਹ ਆ ਕਿ ਦਿਨ ਪ੍ਰਤੀ ਦਿਨ ਸਾਡੀਆਂ ਆਦਤਾਂ ਜਿਹੜੀਆਂ ਨੇ ਉਹ ਜ਼ੋਰਾਵਰ ਹੋਈ ਜਾਂਦੀਆਂ ਅਤੇ ਅਸੀਂ ਕੀ ਹੋਈ ਜਾਂਦੇ ਹਾਂ, ਅਸੀਂ ਕਮਜ਼ੋਰ ਹੋਈ ਜਾਂਦੇ ਹਾਂ। ਓਕੇ, ਇਹਨਾਂ ਉੱਤੇ ਫਤਿਹ ਪਾਉਣ ਦੇ ਲਈ ਸਾਨੂੰ ਕੀ ਚਾਹੀਦਾ, ਨਾਮ ਸਿਮਰਨ ਚਾਹੀਦਾ। ਤੁਸੀਂ, ਮੈਂ ਨਾ ਬਹੁਤੇ ਪਰਿਵਾਰਾਂ ਨੂੰ ਇੱਦਾਂ ਦੇਖਿਆ, ਉਹ ਕਹਿੰਦੇ ਜੀ ਪਾਦਰੀ ਜੀ, ਹਾਂਜੀ ਸਾਡਾ ਨਾ ਪ੍ਰਾਰਥਨਾ 'ਚ ਮਨ ਨਹੀਂ ਲੱਗਦਾ। ਇਹਨਾਂ ਅਭਿਆਸ ਆ, ਸਾਨੂੰ ਅਭਿਆਸ ਕਰਨਾ ਪੈਣਾ। ਤੁਸੀਂ ਪਾਣੀ ਦੇ ਵਿੱਚ, ਚਲੋ ਥੋੜ੍ਹਾ ਜਿਹਾ ਲਾਗੇ ਲੈ ਕੇ ਆਉਣਾ, ਤੁਸੀਂ ਥਾਲੀ ਵਿੱਚ ਪਾਣੀ ਪਾਓ, ਚਲੋ ਇੱਦਾਂ ਕਰਿਓ ਘਰ ਜਾ ਕੇ, ਔਰ ਉਸ ਥਾਲੀ ਨੂੰ ਆਪਣੇ ਹੱਥਾਂ 'ਤੇ ਰੱਖ ਲਿਓ। ਤੁਹਾਡੇ ਹੱਥ ਥੱਕ ਜਾਣਗੇ ਪਰ ਪਾਣੀ ਉਹਦੇ ਅੰਦਰ ਟਿਕਦਾ, ਉਹਨੇ ਮੂਵ ਕਰਦੇ ਰਹਿਣਾ। ਅਗਰ ਇੱਕ ਪਾਣੀ ਜਿਹੜਾ ਤੁਹਾਡੇ ਹੱਥ ਦੇ ਵਿੱਚ ਹੈ, ਅਗਰ ਉਹ ਨਹੀਂ ਟਿਕ ਪਾਉਂਦਾ, ਉਹ ਜਿਹੜਾ ਤੁਹਾਡੇ ਅੰਦਰ ਹੈ, ਦਿਮਾਗ ਦੇ ਅੰਦਰ ਹੈ, ਉਹਨੂੰ ਟਿਕਾਉਣਾ ਕਿੰਨਾ ਪ੍ਰੈਕਟਿਸ ਚਾਹੀਦੀ, ਕਿੰਨਾ ਔਖਾ ਹੈ। ਉਹਨੂੰ ਵੀ ਟਿਕਾਉਣ ਵਾਸਤੇ ਅਭਿਆਸ ਚਾਹੀਦਾ। ਥਾਲੀ ਦੇ ਪਾਣੀ ਨੂੰ ਟਿਕਾਉਣ ਵਾਸਤੇ
ਅਭਿਆਸ ਬੋਲੋ ਚਾਹੀਦਾ ਤੇ ਇਹਨੂੰ ਟਿਕਾਉਣ ਵਾਸਤੇ। ਤੇ ਤੁਸੀਂ ਕਹਿੰਦੇ ਇੱਦਾਂ ਹੀ ਟਿਕ ਜਾਵੇ, ਹੁਣ ਤੁਸੀਂ ਇੱਦਾਂ ਕੋਸ਼ਿਸ਼ ਕਰਦੇ ਆ ਵੀ ਜਿੱਦਾਂ ਗਿੱਠੀ ਤੇ ਗੁਲਦਸਤਾ ਟਿਕਾਉਣਾ, ਉਹ ਬੇਜਾਨ ਚੀਜ਼ ਹੈ, ਇਹ ਜਾਨ ਵਾਲੀ ਚੀਜ਼ ਹੈ। ਇਹਨੂੰ ਟਿਕਾਉਣ ਦੇ ਲਈ ਸਾਨੂੰ ਪਹਿਲਾਂ ਬਹਿਣਾ ਆਉਣਾ ਚਾਹੀਦਾ, ਪਹਿਲਾਂ ਆਪਾਂ ਬਹਿਣਾ ਸਿੱਖਣਾ। ਆਜੋ ਆਪਾਂ ਬਾਈਬਲ ਦੇ ਵਿੱਚੋਂ ਦੇਖਦੇ ਹਾਂ, ਕਿੰਨੇ ਜਣੇ ਅੱਜ ਬਾਈਬਲ ਨਾਲ ਲੈ ਕੇ ਆਏ ਆ, ਪਵਿੱਤਰ ਬਾਈਬਲ? ਵੈਰੀ ਗੁੱਡ। ਜਦੋਂ ਵੀ ਚਰਚ ਆਓ, ਮੇਰੀ ਬਹੁਤ ਹੀ ਨਿਮਰਤਾ ਦੇ ਨਾਲ ਬੇਨਤੀ ਹੈ ਕਿ ਪਵਿੱਤਰ ਵਚਨ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਅਜਿਹਾ ਹਥਿਆਰ ਹੈ। ਦੂਸਰਾ ਪੱਤਰਸ 2 ਅਧਿਆਏ ਉਹਦੀ 20 ਆਇਤ ਜਦ ਤੱਕ ਤੁਸੀਂ ਕੱਢੋ, ਅਤੇ ਆਪਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਅੱਜ ਸ਼ੁਰੂ ਕਰਦੇ ਹਾਂ ਉਹਦਾ ਨਾਮ ਲੈ ਕੇ। ਦੂਸਰਾ ਪੱਤਰਸ 2 ਅਧਿਆਏ Jesus. ਉਹਦੀ 20 ਆਇਤ, ਹਾਂਜੀ ਪੜ੍ਹਨਾ ਜ਼ਰਾ। ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯੇਸ਼ੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦਮੰਦ ਤੋਂ ਬਚ ਕੇ, ਇੱਕ ਮਿੰਟ, ਕੀ ਕਹਿੰਦਾ, ਕੀ ਦੱਸਣਾ ਚਾਹੁੰਦਾ? ਕਹਿੰਦਾ ਜਿਹੜਾ ਸੰਸਾਰ ਦਾ ਗਿਆਨ ਹੈ ਨਾ, ਉਹਦੇ ਨਾਲ ਇੱਕ ਗੰਦਮੰਦ ਵੀ ਅਟੈਚ ਹੈ। ਦੇਖੋ ਹੁਣ ਗੂਗਲ ਹੈ, ਨੈੱਟ ਹੈ, ਬੜੀ ਵਧੀਆ ਚੀਜ਼ ਹੈ, ਇਹ ਬੜਾ ਗਿਆਨ ਹੈ ਇਹਦੇ ਅੰਦਰ, ਪਰ ਜਿੰਨਾ ਇਹਦੇ ਨਾਲ ਗੰਦ ਚੁੰਬੜਿਆ ਤੁਸੀਂ ਸੋਚ ਨਹੀਂ ਸਕਦੇ। ਦੁਨੀਆਂ ਦੇ ਹਰ ਗਿਆਨ ਦੇ ਨਾਲ ਇੰਨਾ ਗੰਦ ਹੈ। ਆਪਾਂ ਉਹਦੀਆਂ ਉਦਾਹਰਨਾਂ, ਇੱਕ ਸਭ ਤੋਂ ਵੱਡੀ ਉਦਾਹਰਨ ਮੈਂ ਤੁਹਾਡੇ ਸਾਹਮਣੇ ਰੱਖੀ ਹੈ, ਫੋਨ ਦੇ ਅੰਦਰ ਕਿੰਨੀ ਜਾਣਕਾਰੀ ਹੈ, ਕਿਹੜਾ ਸਾਇੰਟਿਸਟ ਹੈ, ਕਿਹੜਾ ਫਿਲੋਸਫਰ ਹੈ, ਕਿਹੜਾ ਜੀਵ ਹੈ, ਕੀੜੀ ਕਿੰਨਾ ਚਿਰ ਜਿਉਂਦੀ ਰਹਿ ਸਕਦੀ ਹੈ, ਹਾਥੀ ਕਿੰਨੀ ਆਕਸੀਜਨ ਲੈਂਦਾ ਹੈ, ਸੱਪ ਕਿੱਦਾਂ ਜਾਂਦਾ ਹੈ, ਮਧੂ ਮੱਖੀ ਦੇ ਅੱਖਾਂ ਦੇ ਅੰਦਰ ਕਿੰਨੇ ਪੜਦੇ ਹੁੰਦੇ ਨੇ, ਇਹ ਸਭ ਦੱਸਦਾ। ਪਰ ਨਾਲ ਹੀ ਇਹਦੇ ਅੰਦਰ ਇੰਨਾ ਗੰਦ ਹੈ ਕਿ ਆਦਮੀ ਉਹਦੇ ਵਿੱਚੋਂ ਗਿਆਨ ਦੀਆਂ ਚੀਜ਼ਾਂ ਵਿੱਚ ਨਹੀਂ ਜਾਂਦਾ, ਸਿੱਧਾ ਕਿੱਥੇ ਜਾਂਦਾ? ਗੰਦ ਵਿੱਚ ਜਾਂਦਾ, ਜਿਹੜਾ ਉਹਦੇ ਜੀਵਨ ਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਇੱਕ ਵਾਰੀ ਫਿਰ ਇਸ ਪੰਕਤੀ ਨੂੰ ਧਿਆਨ ਦੇ ਨਾਲ ਦੇਖਣਾ ਪੈਣਾ, ਬੜਾ ਕੁਛ ਦੱਸਦੀ ਹੈ ਪੰਕਤੀ। ਹਾਂਜੀ, ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯੇਸ਼ੂ ਮਸੀਹ, ਪਹਿਲੀ ਗੱਲ, ਮੁਕਤੀ ਕਿਹਦੇ ਨਾਮ ਦੇ ਵਿੱਚ ਹੈ? ਹਾਂ, ਵੱਡੀ ਗੱਲ ਹੈ। ਬਾਈਬਲ ਇੱਦਾਂ ਦੱਸਦਾ ਕਿ ਮੁਕਤੀ ਕਿਹਦੇ ਨਾਮ ਦੇ ਵਿੱਚ ਹੈ? ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਹੈ। ਜਦੋਂ ਤੁਸੀਂ ਅੱਖਰ ਬੋਲਦੇ ਹਾਂ, ਮੈਂ ਅੱਗੇ ਵੀ ਤੁਹਾਨੂੰ ਬਹੁਤ ਵਾਰੀ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਤੁਹਾਡਾ ਅੱਖਰ ਤੁਹਾਡੇ ਬਹੁਤ ਸਾਰੇ ਦਰਵਾਜ਼ਿਆਂ ਨੂੰ ਤੋੜਦਾ। ਜਿਹੜੇ ਦਰਵਾਜ਼ੇ ਆਤਮਕ ਤੌਰ 'ਤੇ ਸ਼ੈਤਾਨ ਨੇ ਤੁਹਾਡੀ ਲਾਈਫ ਦੇ ਬੰਦ ਕੀਤੇ ਆ, ਜਦ ਤੱਕ ਤੁਹਾਨੂੰ ਗਿਆਨ ਨਹੀਂ ਹੈ ਤੁਸੀਂ ਉਹਦੇ ਬਾਰੇ ਸੋਚ ਨਹੀਂ ਸਕਦੇ। ਅਤੇ ਜਦੋਂ ਤੁਹਾਨੂੰ ਗਿਆਨ ਮਿਲੂਗਾ, ਜਦੋਂ ਤੁਹਾਡੇ ਕੋਲ ਗਿਆਨ ਹੋਵੇਗਾ,
ਤਾਂ ਤੁਸੀਂ ਉਹਦੇ ਬਾਰੇ ਸੋਚ ਸਕਦੇ ਆ। ਇਸ ਲਈ ਜਦ ਤੁਹਾਨੂੰ ਬਾਈਬਲ ਦੇ ਬਹੁਤ ਬੰਦਿਆਂ ਨੂੰ ਮੈਂ ਦੇਖਦਾ, ਉਹ ਕਹਿੰਦੇ ਜੀ ਪੜ੍ਹਦੇ ਤਾਂ ਹੈਗੇ ਪਰ ਸਮਝ ਨਹੀਂ ਲੱਗਦੀ। ਵੱਡੇ ਵੱਡੇ ਸਾਇੰਟਿਸਟ, ਡਾਕਟਰਸ, ਇੰਜੀਨੀਅਰ ਨੇ ਬਾਈਬਲ ਨੂੰ ਪੜ੍ਹਿਆ ਪਰ ਪ੍ਰਭੂ ਨੇ ਆਪਣਾ ਭੇਤ ਉਹਨਾਂ ਉੱਤੇ ਪ੍ਰਗਟ ਨਹੀਂ ਕੀਤਾ। ਕੁਛ ਖਾਸ ਲੋਕਾਂ ਨੂੰ ਆਪਣਾ ਮੈਸੇਜ ਦਿੰਦਾ ਹੈ, ਭੇਤ ਹੈ ਇਹਦੇ ਅੰਦਰ, ਸਾਹਮਣੇ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੈ ਪਵਿੱਤਰ ਗ੍ਰੰਥ ਬਾਈਬਲ, ਪਰ ਸਮਝ ਸਾਰਿਆਂ ਨੂੰ ਨਹੀਂ ਆਉਂਦੀ ਇਹਦੀ। ਸੋ ਕੀ ਕਹਿੰਦਾ, ਪਹਿਲੀ ਗੱਲ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੁਕਤੀ ਹੈ, ਅਗਲੀ ਗੱਲ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਹਾਂ ਸੰਸਾਰ ਦੇ ਗੰਦਮੰਦ ਤੋਂ ਬਚ ਕੇ। ਹਾਂ, ਦੂਜੇ ਪਾਸੇ ਤਸਵੀਰ ਕੀ ਬਣਾਉਂਦਾ, ਪਹਿਲੀ ਤਸਵੀਰ 'ਚ ਆਪਾਂ ਇਹ ਦੇਖਿਆ ਸੀ ਵੀ ਗਿਆਨ ਜਿਹੜਾ ਸੰਸਾਰ ਦਾ ਆ ਉਹਦੇ ਨਾਲ ਗੰਦਮੰਦ ਅਟੈਚ ਆ, ਪਰ ਦੂਜੇ ਪਾਸੇ ਆਪਾਂ ਦੇਖਦੇ ਜਿਹੜਾ ਮਸੀਹ ਯਿਸੂ ਦਾ ਗਿਆਨ ਆ ਉਹਦੇ ਦੁਆਰਾ ਅਸੀਂ ਸੰਸਾਰ ਦੇ ਗੰਦਮੰਦ ਤੋਂ ਬਚ ਸਕਦੇ ਹਾਂ। ਅੱਜ ਉਸ ਗੰਦਮੰਦ ਤੋਂ ਬਚਣਾ ਹੀ ਸਾਡੀ ਧਾਰਮਿਕਤਾ ਨੂੰ ਪਰਪੱਕਤਾ ਦੇ ਵਿੱਚ ਬਦਲਦਾ ਹੈ। ਅਗਰ ਤੁਸੀਂ ਉਸ ਤੋਂ ਬਚ ਜਾਂਦੇ ਆ ਤੇ ਤੁਸੀਂ ਇੱਕ ਧਾਰਮਿਕ ਇਨਸਾਨ ਬਣ ਜਾਂਦੇ ਆ, ਧਾਰਮਿਕ ਨੋਟ ਧਰਮ, ਮੈਂ ਇੱਥੇ ਧਰਮ ਦੀ ਗੱਲ ਨਹੀਂ ਕਰਦਾ ਨਾ ਬਾਈਬਲ ਕਰ ਰਹੀ ਹੈ, ਧਾਰਮਿਕਤਾ। ਧਾਰਮਿਕਤਾ ਕੀ ਹੈ? ਸਾਰਿਆਂ ਨੂੰ ਪਿਆਰ ਕਰਨਾ, ਇਹ ਅੱਜ ਸੰਸਾਰ ਦੇ ਅੰਦਰ ਜਿਹੜੇ ਲੋਕ ਲੜਾਈਆਂ ਕਰਾਉਣਾ ਚਾਹੁੰਦੇ ਨੇ ਉਹ ਕਦੀ ਵੀ ਧਾਰਮਿਕ ਨਹੀਂ ਹੋ ਸਕਦੇ, ਕਿਉਂਕਿ ਧਾਰਮਿਕ ਬੰਦੇ ਦੀ ਵਿਚਾਰਧਾਰਾ ਧਾਰਮਿਕਤਾ ਵਾਲੀ ਹੈ। ਤੇ ਕੌਣ ਧਾਰਮਿਕਤਾ ਵਾਲਾ ਇਨਸਾਨ ਕਿਸੇ ਦੇ ਖੂਨ ਦਾ ਵਿਰੋਧੀ ਹੋ ਸਕਦਾ ਹੈ? ਸੋ ਦੇਖੋ ਫਿਰ ਇਸ ਆਇਤ ਨੂੰ, ਇਹੀ ਪੜ੍ਹੋ ਜੀ, ਜਰਾ ਇੱਥੋਂ ਪੜ੍ਹੋ। ਗਿਆਨ ਦੇ ਦੁਆਰਾ, ਗਿਆਨ ਦੇ ਦੁਆਰਾ ਸੰਸਾਰ ਦੇ ਗੰਦਮੰਦ ਤੋਂ ਬਚ ਕੇ। ਓਕੇ, ਮੇਰੀ ਗੱਲ ਸੁਣੋ, ਮੰਨ ਲਓ ਤੁਹਾਡੇ ਫਾਦਰ ਸਾਹਿਬ ਦਾ ਨਾਮ ਏ ਬੀ ਸੀ ਜੋ ਵੀ ਹੈ, ਜਾਂ ਤੁਹਾਡੇ ਵੱਡੇ ਭਰਾ ਦਾ ਨਾਂ ਏ ਬੀ ਸੀ ਕੋਈ ਵੀ ਹੈ, ਕੀ ਤੁਸੀਂ ਜਾਂ ਦਾਦਿਆਂ ਪੜਦਾਦਿਆਂ ਦੇ ਨਾਮ ਤੁਹਾਨੂੰ ਗੰਦਮੰਦ ਮਤਲਬ ਪਾਪ ਤੋਂ ਬਚਾ ਸਕਦੇ ਆ? ਨਹੀਂ ਬਚਾ ਸਕਦੇ। ਕਿਹੜਾ ਨਾਮ ਹੈ ਜਿਹੜਾ ਪਾਪ ਤੋਂ ਬਚਾ ਸਕਦਾ? ਯਿਸੂ ਮਸੀਹ ਦਾ ਨਾਮ ਹੈ। ਤੁਸੀਂ ਕਹਿਣਾ ਸ਼ੁਰੂ ਕਰੋ, ਯਿਸੂ ਮਸੀਹ ਧੰਨਵਾਦ, ਯਿਸੂ ਮਸੀਹ ਧੰਨਵਾਦ, ਯਿਸੂ ਮਸੀਹ ਧੰਨਵਾਦ, ਤੁਸੀਂ ਪਾਪ ਤੋਂ ਦੂਰ ਹੁੰਦੇ ਜਾਓਗੇ। ਪਰ ਜੇ ਤੁਸੀਂ ਆਪਣੇ ਦਾਦੇ ਦਾ ਨਾਂ ਲਓ, ਪੜਦਾਦਿਆਂ ਦਾ ਨਾਂ ਲਓ, ਜਿੱਦਾਂ ਮੇਰੇ ਪੜਦਾਦਿਆਂ 'ਚੋਂ ਬੰਤਾ ਸਿੰਘ, ਮੈਂ ਕਹੀ ਜਾਵਾਂ ਬੰਤਾ ਸਿੰਘ, ਬੰਤਾ ਸਿੰਘ ਕੁਛ ਨਹੀਂ ਹੋਣਾ, ਹੈਨਾ। ਜੇ ਮੈਂ ਇਹ ਕਹਾਂ ਕਿ ਪ੍ਰਭੂ ਯਿਸੂ ਮਸੀਹ ਮੇਰੇ 'ਤੇ ਕਿਰਪਾ ਕਰੋ, ਆ ਤੇਰਾ ਗਿਆਨ ਮੈਨੂੰ ਦੁਨੀਆਂ ਦੇ ਗੰਦਮੰਦ, ਜਦ ਤੱਕ ਦੇਖੋ ਕੋਈ ਵੀ ਬੰਦੇ ਨੂੰ ਅਸੀਂ ਝਿੜਕ ਕੇ ਪੈਸੇ ਨਾਲ, ਤਾਕਤ ਦੇ ਨਾਲ ਬਦਲ ਨਹੀਂ ਸਕਦੇ। ਇੱਕ ਪਾਵਰ ਚਾਹੀਦੀ ਹੈ, ਇੱਕ ਸ਼ਕਤੀ ਚਾਹੀਦੀ ਹੈ, ਅਤੇ ਉਹ ਸ਼ਕਤੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਆ। ਅਤੇ ਉਹ ਕੀ ਕਹਿੰਦਾ,
ਕਹਿੰਦਾ ਯਿਸੂ, ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਦੇਖੋ। ਪਹਿਲੀ ਗੱਲ ਉਹ ਕਹਿੰਦਾ ਯਿਸੂ ਮਸੀਹ ਪ੍ਰਭੂ, ਯਿਸੂ ਮਸੀਹ ਕੌਣ ਹੈ? ਮੁਕਤੀਦਾਤਾ ਹੈ। ਦੂਜਾ, ਜਿਹੜਾ ਸੰਸਾਰ ਦੇ ਵਿੱਚ ਪਾਪ ਆ ਅਤੇ ਯਿਸੂ ਮਸੀਹ ਦਾ ਨਾਮ ਤੁਹਾਨੂੰ ਉਸ ਪਾਪ ਤੋਂ ਬਚਾ ਸਕਦਾ। ਤੀਸਰੀ ਗੱਲ ਦੇਖੋ ਇਸ ਆਇਤ ਦੇ ਅੰਦਰ, ਹਾਂਜੀ, ਗਿਆਨ ਦੇ ਦੁਆਰਾ ਸੰਸਾਰ ਦੇ ਗੰਦ ਮੰਦ ਤੋਂ ਬਚਾ ਕੇ ਉਸ ਵਿੱਚ ਮੁੜ ਕੇ ਫਸਣ ਅਤੇ ਹਠਾੜੂ ਹੋ ਜਾਣ। ਹਾਂ, ਉਹਦਾ ਮਤਲਬ ਹੈ ਭੱਜ ਜਾਣਾ, ਦੂਰ ਹੋ ਜਾਣਾ, ਦਿਲ ਨੂੰ ਸਖਤ ਕਰ ਲੈਣਾ। ਇੱਥੇ ਕੀ ਕਹਿੰਦਾ? ਜੇ ਕਹਿੰਦਾ ਤੁਸੀਂ ਗੰਦ ਮੰਦ ਤੋਂ ਬਚ ਗਏ, ਬਚਣ ਤੋਂ ਬਾਅਦ ਤੁਸੀਂ ਉਹਦੇ ਵਿੱਚ ਫਿਰ ਫਸ ਗਏ ਅਤੇ ਪਰਮੇਸ਼ਵਰ ਦੀ ਆਗਿਆ ਤੋਂ ਭੱਜ ਗਏ, ਬੇਮੁਖ ਹੋ ਗਏ, ਤਾਂ ਉਸ ਮਸੀਹੀ ਬੰਦੇ ਦੇ ਜੀਵਨ ਦੇ ਅੰਦਰ ਕੀ ਹੁੰਦਾ? ਧਿਆਨ ਨਾਲ ਸੁਣ ਲਿਓ ਬਈ ਹੁਣ, ਹਾਂਜੀ, ਤਾਂ ਉਹਨਾਂ ਦਾ ਪਿਛਲਾ ਹਾਲ ਹਾਂ ਪਹਿਲੇ ਨਾਲੋਂ ਬੁਰਾ ਹੋਇਆ। ਵਾਹ, ਕੀ ਸਿਖਾਉਂਦਾ ਇਹ? ਇਹ ਕਹਿੰਦਾ ਵੀ ਜਿਹੜਾ ਤੁਹਾਡਾ ਹਾਲ ਪਹਿਲਾਂ ਸੀਗਾ, ਮਤਲਬ ਕਿ ਅਗਰ ਤੁਸੀਂ ਇੱਕ ਦੁੱਖ ਦੇ ਅੰਦਰ ਆ, ਅਗਰ ਤੁਸੀਂ ਪਰਮੇਸ਼ਵਰ ਦੀ ਆਗਿਆ ਨੂੰ ਜਾਣ ਲਿਆ, ਪਰਮੇਸ਼ਵਰ ਦੇ ਹੁਕਮਾਂ ਨੂੰ ਜਾਣ ਲਿਆ, ਪਰਮੇਸ਼ਵਰ ਦੀਆਂ ਵਿਧੀਆਂ ਨੂੰ ਜਾਣ ਲਿਆ, ਉੱਤੋਂ ਬੇਮੁੱਖ ਹੋ ਗਏ, ਅਤੇ ਤੁਹਾਡਾ ਜਿਹੜਾ ਪਹਿਲੇ ਨਾਲੋਂ ਜਿਹੜਾ ਹਾਲ ਆ ਉਹ ਪਿਛਲੇ ਹਾਲ ਨਾਲੋਂ ਕੀ ਹੋਣਾ? ਜ਼ਿਆਦਾ ਬੁਰਾ ਹੋ ਜਾਊਗਾ, ਕਿਉਂਕਿ ਤੁਸੀਂ ਇੱਕ ਸੱਚਾਈ ਨੂੰ ਜਾਣ ਗਏ ਹੋ। ਅੱਜ ਅੱਜ ਸਵਾਲ ਧਰਮ ਦਾ ਨਹੀਂ ਹੈ, ਅੱਜ ਸਵਾਲ ਪਰਮੇਸ਼ਵਰ ਨੇ ਧਾਰਮਿਕਤਾ ਦਾ ਪੁੱਛਿਆ ਹੈ। ਬਾਈਬਲ ਦੇ ਵਿੱਚ ਦਰਜ ਹੈ ਅਕਾਲ ਪੁਰਖ ਨਾਮ, ਔਰ ਸਾਨੂੰ ਇਹ ਸਮਝਣਾ ਪਵੇਗਾ ਕਿ ਸਾਡਾ ਹਾਲ ਪਹਿਲਾਂ ਨਾਲੋਂ ਖਰਾਬ ਨਾ ਹੋ ਜਾਏ, ਸਾਨੂੰ ਕਿਸ ਤਰ੍ਹਾਂ ਮਸੀਹ ਦੇ ਪ੍ਰੇਮ ਦੇ ਵਿੱਚ ਢਲਣਾ ਹੈ ਅਤੇ ਕਿਸ ਤਰ੍ਹਾਂ ਮਸੀਹ ਦੇ ਪ੍ਰੇਮ ਦੇ ਵਿੱਚ ਚੱਲਣਾ ਹੈ। ਇਹਦੀ 2:9 ਆਇਤ ਪੜ੍ਹੋ ਜ਼ਰਾ। ਹਾਂਜੀ, ਤਾਂ ਪ੍ਰਭੂ ਭਗਤਾਂ ਨੂੰ, ਹਾਂ, ਪਰਤਾਵੇ। ਆਹਾ, ਕਿਹਨਾਂ ਨੂੰ? ਭਗਤਾਂ ਨੂੰ। ਬੋਲੋ, ਕਿਹਨਾਂ ਨੂੰ? ਭਗਤਾਂ ਨੂੰ। ਭਗਤ ਕੌਣ ਹੈ? ਭਗਤੀ ਕਰਨ ਵਾਲੇ ਭਗਤ ਕੌਣ ਹੈ? ਤੇ ਤੁਸੀਂ ਸਾਰੇ ਕੀ ਹੋ? ਭਗਤ ਹੈ। ਪਰ ਇਹਦਾ ਅਰਥ ਭਾਵ ਦੇਖੋ ਨਾ ਕੀ ਹੈ। ਬਾਈਬਲ 'ਚ ਲਿਖਿਆ, ਮੈਂ ਆਪ ਥੋੜ੍ਹੀ ਲਿਖਤਾ, ਲੱਖਾਂ ਕਰੋੜਾਂ ਬਾਈਬਲਸ ਛਪੀਆਂ ਨੇ, ਉਹਨਾਂ ਵਿੱਚ ਲਿਖਿਆ ਹੋਇਆ। ਪੜ੍ਹੋ ਜ਼ਰਾ ਦੁਬਾਰਾ ਇਸ ਆਇਤ ਨੂੰ ਦੇਖੋ। ਤਾਂ ਪ੍ਰਭੂ ਭਗਤਾਂ ਨੂੰ, ਆਹਾ, ਕਿਹਨਾਂ ਨੂੰ? ਉਹ ਬੋਲੋ, ਕਹੋ ਸਾਨੂੰ, ਕਿਹਨਾਂ ਨੂੰ? ਹਾਂ, ਅਸੀਂ ਹਾਂ ਭਗਤ, ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਕੇ ਬੈਠੇ ਨਾ ਨਹਾ ਧੋ ਕੇ, ਤੇ ਭਗਤਾਂ ਦੀਆਂ ਨਿਸ਼ਾਨੀਆਂ, ਭਗਤੀ ਕਰਨ ਵਾਲੇ ਲੋਕਾਂ ਦੀਆਂ, ਪਰਮੇਸ਼ਵਰ ਦੀ ਆਰਾਧਨਾ ਕਰਨ ਵਾਲੇ ਲੋਕਾਂ ਦੀ ਗੱਲ ਹੋ ਰਹੀ ਹੈ। ਕਹਿੰਦਾ ਪਰਮੇਸ਼ਵਰ ਆਪਣੇ ਭਗਤੀ ਕਰਨ ਵਾਲੇ ਲੋਕਾਂ ਨੂੰ ਕੀ ਕਰਨਾ ਜਾਣਦਾ? ਪੜ੍ਹੋ ਜ਼ਰਾ, ਪਰਤਾਵੇ ਵਿੱਚ ਕੱਢਣਾ। ਵਾਹ, ਕਾਹਦੇ ਵਿੱਚੋਂ? ਅੱਜ ਸਾਡੇ ਵਿੱਚ ਬਹੁਤ ਜਾਣੇ ਪਰਤਾਵੇ ਦੇ ਵਿੱਚ ਹੋਣਗੇ। ਕਦੀ ਤਾਂ ਉਹਨਾਂ ਦਾ ਵਿਸ਼ਵਾਸ ਬਹੁਤ ਉੱਪਰਲੇ ਪੱਧਰ 'ਤੇ ਹੁੰਦਾ, ਫਿਰ ਥੋੜ੍ਹਾ ਜਿਹਾ ਥੱਲੇ ਆ ਜਾਂਦਾ, ਕਦੀ ਥੱਲੇ, ਕਦੀ ਬਿਲਕੁਲ ਹੀ ਥੱਲੇ ਚੱਲ ਜਾਂਦਾ, ਫਿਰ ਉਹਨੂੰ ਜਾ ਕੇ ਕੋਈ ਸਮਝ ਆਉਂਦਾ,
ਕੋਈ ਸਿੱਖਿਆ ਦਿੰਦਾ ਫਿਰ ਜੰਪ ਕਰਦਾ ਉੱਪਰ ਆਉਂਦਾ, ਉਹ ਹੈ ਪਰਤਾਵੇ ਵਾਲੇ ਹਾਲਾਤ। ਅਤੇ ਬਾਈਬਲ ਕੀ ਕਹਿੰਦਾ, ਪਰਮੇਸ਼ਵਰ ਆਪਣੇ ਬੋਲੋ ਉਹ ਬੋਲੋ ਕਿਹਨਾਂ ਨੂੰ, ਭਗਤਾਂ ਨੂੰ, ਮਤਲਬ ਉਹਦੀ ਭਗਤੀ ਕਰਨ ਵਾਲੇ ਲੋਕਾਂ ਨੂੰ ਕੀ ਕਰਨਾ ਜਾਣਦਾ, ਪਰਤਾਵੇ ਵਿੱਚੋਂ। ਹੁਣ ਸਿੱਧੇ ਸ਼ਬਦਾਂ ਵਿੱਚ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਮੇਰੀ ਆਰਾਧਨਾ ਕਰਦੇ ਰਹੋ, ਮੈਂ ਤੁਹਾਨੂੰ ਪਰਤਾਵੇ ਵਿੱਚੋਂ ਕੱਢ ਲੈਣਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿਹੜੇ ਵੇਲੇ ਕੱਢ ਲਿਆ। ਕਈ ਬੰਦੇ ਕਹਿੰਦੇ ਜੀ ਸਾਡੀ ਅਰਦਾਸ ਸੁਣੀ ਨਹੀਂ ਜਾ ਰਹੀ, ਰੱਬ ਸਾਨੂੰ ਦੇਖ ਨਹੀਂ ਰਿਹਾ, ਪਤਾ ਨਹੀਂ ਰੱਬ ਕਿਉਂ ਨਹੀਂ ਸਾਡੀ ਪ੍ਰਾਰਥਨਾ ਸੁਣ ਰਿਹਾ, ਪਤਾ ਨਹੀਂ ਕਿਉਂ ਸਾਡੀ ਪ੍ਰਾਰਥਨਾ ਦਾ ਉੱਤਰ ਨਹੀਂ ਆ ਰਿਹਾ। ਅਤੇ ਬਾਈਬਲ ਕੀ ਕਹਿੰਦਾ, ਉਹ ਜਾਣਦਾ ਹੈ। ਬਾਈਬਲ ਕੀ ਕਹਿੰਦਾ, ਉਹ ਜਾਣਦਾ ਆ ਤੁਹਾਨੂੰ ਉਸ ਦੁੱਖ ਦੇ ਵਿੱਚੋਂ ਕੱਢਣ ਦੇ ਲਈ, ਉਹ ਤਿਆਰ ਆ, ਉਹ ਜਾਣਦਾ ਆ। ਹਾਂਜੀ ਅਗਲੀ ਗੱਲ, ਪਰਤਾਵੇ ਵਿੱਚੋਂ ਕੱਢਣਾ ਹਾਂ ਅਤੇ ਕੁਧਰਮੀਆਂ ਨੂੰ ਹਾਂ ਨਿਆਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ। ਵਾਹ, ਕੁਧਰਮੀ ਇੱਕ ਪਾਸੇ ਭਗਤਾਂ ਦੀ ਗੱਲ ਕਰਦਾ ਤੇ ਨਾਲ ਹੀ ਜਿਹੜੇ ਭਗਤੀ ਨਹੀਂ ਕਰਦੇ ਉਹਨਾਂ ਦੀ ਗੱਲ ਕਰਦਾ, ਭਗਤੀ ਕਰਨ ਵਾਲਿਆਂ ਦੀ ਗੱਲ ਕਰਦਾ ਤੇ ਜਿਹੜੇ ਭਗਤੀ ਨਹੀਂ ਕਰਦੇ ਉਹਨਾਂ ਦੀ ਵੀ ਗੱਲ ਕਰਦਾ। ਬਹੁਤ ਸਾਰੇ ਪਰਿਵਾਰਾਂ ਦਾ ਇਹ ਵਿਚਾਰ ਹੈ, ਅਸੀਂ ਜੀ ਦੇਖੋ ਕੋਈ ਪਾਪ ਨਹੀਂ ਕਰਦੇ, ਚਰਚ ਜਾਂਦੇ ਹਾਂ, ਪ੍ਰਾਰਥਨਾ ਵੀ ਕਰਦੇ ਹਾਂ, ਪਰ ਉਹ ਜਿਹੜੇ ਸਾਡੇ ਸਾਹਮਣੇ ਰਹਿੰਦੇ ਆ ਜਾਂ ਉਹ ਜਿਹੜੇ ਸਾਡੇ ਗਵਾਂਢੀ ਹੈ ਉਹ ਨਾ ਤਾਂ ਧਰਮੀ ਹੈ, ਸ਼ਰਾਬਾਂ ਪੀਂਦੇ, ਦੇਖੋ ਉਹਨਾਂ ਨੇ ਇੱਕ ਨਵਾਂ ਟਰੈਕਟਰ ਹੋਰ ਲਿਆਂਦਾ, ਆਹ ਦੇਖੋ ਉਹਨਾਂ ਦਾ ਲੜਕਾ ਵਿਦੇਸ਼ ਨੂੰ ਚਲੇ ਗਿਆ, ਦੇਖੋ ਉਹਨਾਂ ਦੀ ਲੜਕੀ ਨੇ ਆਹ ਕਰ ਲਿਆ, ਉਹ ਕਰ ਲਿਆ, ਉਹ ਇੰਨੇ ਗਲਤ ਕੰਮ ਵੀ ਕਰੀ ਜਾਂਦੇ ਫਿਰ ਵੀ ਅੱਗੇ ਵਧੀ ਜਾਂਦੇ ਆ। ਬਾਈਬਲ ਜ਼ਬੂਰਾਂ ਦੇ ਵਿੱਚ ਲਿਖਦਾ, ਮੈਂ ਉੱਥੇ ਜਾਣਾ ਨਹੀਂ ਸਿਰਫ ਦੱਸਣਾ ਹੀ ਹੈ, ਉਹ ਕਹਿੰਦਾ ਮੈਂ ਉਹਨਾਂ 'ਤੇ ਕ੍ਰੋਧਵਾਨ ਹਾਂ, ਇਸ ਕਰਕੇ ਮੈਂ ਉਹਨਾਂ ਦੇ ਸਾਰੇ ਰਾਹ ਖੋਲ੍ਹਤੇ ਵੀ ਜਿੰਨੇ ਮਰਜ਼ੀ ਜਨਾਹ ਕਰੋ, ਪਾਪ ਕਰੋ, ਕਿਉਂਕਿ ਤੁਹਾਡਾ ਮੇਰੇ ਸਵਰਗ ਰਾਜ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਬਹੁਤ ਸਾਰੇ ਵਿਸ਼ਵਾਸੀਆਂ ਦਾ, ਭਗਤਾਂ ਦਾ, ਨੇਚਾ ਕਰਨ ਵਾਲੇ ਲੋਕਾਂ ਦਾ ਪਰਮੇਸ਼ਵਰ ਬਹੁਤ ਥਾਵਾਂ ਤੋਂ ਰਸਤਾ ਬੰਦ ਕਰਕੇ ਰੱਖਦੇ ਆ, ਉਹਨਾਂ ਨੂੰ ਜਾਣ ਨਹੀਂ ਦਿੰਦੇ ਉਹਨਾਂ ਰਸਤਿਆਂ 'ਚ, ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਚੁਣਿਆ ਆ ਆਪਣੇ ਸਵਰਗ ਰਾਜ ਦੇ ਵਾਸਤੇ। ਇਸ ਕਰਕੇ ਬਾਈਬਲ ਦੇ ਵਿੱਚ ਲਿਖਿਆ, ਤੰਗ ਦਰਵਾਜ਼ੇ ਦੇ ਵਿੱਚੋਂ ਦੀ ਚੱਲ, ਕੀ ਲਿਖਿਆ, ਇੱਕ ਬਾਈਬਲ ਕਹਿੰਦੀ ਖੁੱਲ੍ਹਾ ਰਸਤਾ ਅਤੇ ਦੂਜਾ ਬੋਲੋ, ਇੱਕ ਖੁੱਲ੍ਹਾ ਅਤੇ ਦੂਜਾ ਤੰਗ ਰਸਤਾ, ਅਸੀਂ ਕਿਹੜੇ ਵਿੱਚ ਦੀ ਜਾਣਾ, ਤੰਗ ਰਸਤੇ ਵਿੱਚ ਦੀ ਜਾਣਾ, ਅਤੇ ਤੰਗ ਰਸਤੇ ਵਿੱਚ ਦੀ ਫਿਰ ਖੁੱਲ੍ਹੀਆਂ ਚੀਜ਼ਾਂ ਦੀ ਇੱਛਾ ਨਾ ਨਾ ਰੱਖੋ, ਰਸਤਾ ਤੰਗ ਚੁਣਿਆ ਅਤੇ ਇੱਛਾ ਖੁੱਲ੍ਹੇ ਰਸਤੇ ਵਾਲੀ ਰੱਖੀ ਹੈ, ਇਹ ਪ੍ਰੋਬਲਮ ਹੈ। ਪਰ ਅੱਜ ਆਪਾਂ ਇਹ ਫੈਸਲਾ ਕਰਨਾ ਕਿ ਤੰਗ ਰਸਤੇ ਵਿੱਚੋਂ ਦੀ ਜਾਣਾ ਅਤੇ ਇੱਛਾ ਵੀ ਤੰਗ ਰਸਤੇ ਵਾਲੀ ਰੱਖਣੀ ਹੈ। ਉਸਨੇ ਕਿਹਾ ਮੈਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਉਣ ਨਹੀਂ ਦੇਵਾਂਗਾ। ਫਿਰ ਉਹਦੇ ਵਿੱਚ ਇੱਕ ਗੱਲ ਹੋਰ ਲਿਖਦਾ, ਦੇਖੋ ਇੱਕ ਤਾਂ
ਧਰਮੀਆਂ ਦੀ ਗੱਲ ਕਰਦਾ, ਸੌਰੀ ਇੱਕ, ਹਾਂ ਇੱਕ ਧਰਮੀਆਂ ਦੀ ਗੱਲ ਕਰਦਾ, ਇੱਕ ਕੁਧਰਮੀਆਂ ਦੀ ਗੱਲ ਕਰਦਾ। ਫਿਰ ਉਹ ਕੀ ਕਹਿੰਦਾ, ਜਿਹੜੇ ਕਹਿੰਦਾ ਕੁਧਰਮੀ ਆ ਮੈਂ ਉਹਨਾਂ ਨੂੰ ਸਜ਼ਾ ਦੇ ਹੇਠ ਰੱਖਣਾ ਜਾਣਦਾ ਆ, ਕਦੋਂ ਤੱਕ, ਜਦੋਂ ਤੱਕ ਨਿਆਂ ਨਹੀਂ ਹੋ ਜਾਂਦਾ। ਅਸੀਂ ਤਾਂ ਥੋੜ੍ਹੀ ਜਿਹੀ ਸਜ਼ਾ ਭੋਗ ਰਹੇ ਹਾਂ ਨਾ ਸਰੀਰ ਵਿੱਚ, ਨਿਆਂ ਤੱਕ ਨਹੀਂ ਹੈ ਸਾਡੀ ਸਜ਼ਾ, ਪਰ ਜਿਹੜੇ ਕੁਧਰਮੀ ਲੋਕ ਹੈ ਉਹਨਾਂ ਦੀ ਸਜ਼ਾ ਕਦੋਂ ਤੱਕ ਆ, ਜਦੋਂ ਤੱਕ ਨਿਆਂ ਨਹੀਂ ਹੁੰਦਾ। ਪਰ ਸਾਡੀ ਸਜ਼ਾ ਬਹੁਤ ਥੋੜ੍ਹੇ ਜਿਹੇ ਸਮੇਂ ਦੀ ਆ। ਆਪਾਂ ਦੇਖਦੇ ਪ੍ਰਕਾਸ਼ ਦੀ ਪੋਥੀ ਉਸਦਾ 21 ਨੰਬਰ ਚੈਪਟਰ ਅਤੇ ਉਹਦੀ 8 ਨੰਬਰ ਪੰਕਤੀ ਦੇਖਦੇ ਹਾਂ। ਜਿਹੜੇ ਲੋਕ ਡਰਦੇ ਆ ਉਹਨਾਂ ਦੇ ਬਾਰੇ ਬਾਈਬਲ ਕੀ ਕਹਿੰਦਾ, ਪੜ੍ਹੋ ਜ਼ਰਾ ਪਾਸਟਰ ਜੀ, 21:8। ਪਰ ਡਰਾਕਲਾਂ ਆਏ ਹਾਏ, ਕਿਹਦੀ ਗੱਲ ਹੋ ਰਹੀ ਅੱਜ ਬੋਲੋ, ਡਰਾਕਲਾਂ ਦੀ। ਓਏ ਹੋਏ, ਉੱਚੀ ਪ੍ਰਾਰਥਨਾ ਨਹੀਂ ਕਰਨਾ, ਉਹ ਉੱਚੀ ਪ੍ਰਚਾਰ ਨਹੀਂ ਲਾਉਣਾ, ਉਹ ਬਾਈਬਲ ਲੈ ਕੇ ਗਲੀ ਵਿੱਚੋਂ ਦੀ ਨਹੀਂ ਲੰਘਣਾ, ਉਹ ਕਿਸੇ ਨੂੰ ਪਤਾ ਨਾ ਲੱਗ ਜਾਏ ਅਸੀਂ ਚਰਚ ਜਾਂਦੇ ਹਾਂ, ਇਸ ਡਰ ਦੀ ਗੱਲ ਕਰਦਾ ਉਹ। ਉਹ ਜਿਹੜੇ ਰਾਤ ਨੂੰ ਸੁੱਤੇ ਪਏ ਚੀਕਾਂ ਮਾਰਦੇ ਉਹਨਾਂ ਦੀ ਗੱਲ ਨਹੀਂ ਕਰਦਾ। ਜਿਹੜੇ ਬਾਣੀ ਉਹਨਾਂ ਦੇ ਕੋਲ ਆ ਪਰ ਫੇਰ ਵੀ ਡਰਦੇ ਆ, ਯਿਸੂ ਨਾਮ ਉਹਨਾਂ ਦੇ ਕੋਲ ਆ ਪਰ ਡਰ ਅੰਦਰ ਆ ਅਤੇ ਯਿਸੂ ਬਾਹਰ ਹੈ, ਅਤੇ ਜਿੱਦਣ ਯਿਸੂ ਮਸੀਹ ਅੰਦਰ ਚਲ ਗਏ ਡਰ ਕੀ ਆ ਜਾਊਗਾ, ਬਾਹਰ ਅਤੇ ਅੰਦਰ ਕੌਣ ਰਹੂਗਾ, ਯਿਸੂ ਮਸੀਹ ਰਹਿਣਗੇ ਅਤੇ ਫਿਰ ਅੰਦਰ ਕੀ ਆਊਗਾ, ਦਲੇਰੀ ਦਾ ਆਤਮਾ ਅੰਦਰ ਕੀ ਆਊਗਾ। ਅਤੇ ਬਾਈਬਲ ਇਕੱਲੇ ਇਕੱਲੇ ਬੰਦੇ ਦੀ ਗੱਲ ਕਰਦਾ ਨਾ, ਪਹਿਲਾਂ ਕਿਹਦੀ ਗੱਲ ਕਰਦਾ ਸੀ, ਪਹਿਲਾਂ ਉਹਨੇ ਯਿਸੂ ਮਸੀਹ ਦੇ ਬਾਰੇ ਦੱਸਿਆ ਕਿ ਉਹ ਮੁਕਤੀਦਾਤਾ ਹੈ, ਦੂਜੇ ਨੰਬਰ 'ਤੇ ਕੀ ਦੱਸਿਆ, ਹੈਲੋ, ਉਹ ਤੁਹਾਨੂੰ ਬਚਾਉਣਾ ਜਾਣਦਾ। ਉੱਥੇ ਭਗਤਾਂ ਦੀ, ਧਰਮੀਆਂ ਦੀ ਅਤੇ ਕੁਧਰਮੀਆਂ ਦੀ ਗੱਲ ਕਰਦਾ ਸੀ, ਅਤੇ ਹੁਣ ਤੀਜੇ ਨੰਬਰ 'ਤੇ ਕਿਹਦੀ ਗੱਲ ਕਰਦਾ, ਬੋਲੋ, ਡਰਾਕਲਾਂ ਦੀ ਗੱਲ ਕਰਦਾ। ਹਾਂ ਪੜ੍ਹੀਏ ਜਰਾ, ਪਰ ਡਰਾਕਲਾਂ, ਹਾਂ, ਬੇਪ੍ਰਤੀਤੇ ਆਏ, ਹਾਏ 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 ਹਾਏ, ਕਿਹਨਾਂ ਦਾ, ਬੇਪ੍ਰਤੀਤੇ, ਜਿਹੜੇ ਵਚਨ ਦੇ ਉੱਤੇ ਪ੍ਰਤੀਤ ਨਹੀਂ ਕਰਦੇ, ਜਿਹੜੇ ਵਚਨ ਦੇ ਆਗਿਆਕਾਰ ਨਹੀਂ ਹੁੰਦੇ। ਇੱਕ ਗੱਲ ਯਾਦ ਰੱਖੋ, ਜਦੋਂ ਵੀ ਤੁਸੀਂ ਖੁਦਾ ਦੇ ਘਰ ਆਓ ਕਦੇ ਖਾਲੀ ਹੱਥ ਨਹੀਂ ਆਉਣਾ, ਕਿਉਂਕਿ ਜਦੋਂ ਅਸੀਂ ਭਰੇ ਹੱਥ ਦੇ ਨਾਲ ਆਉਂਦੇ ਹਾਂ ਤੇ ਉਹ ਸਾਨੂੰ ਭਰੇ ਹੱਥ ਦੇ ਨਾਲ ਹੀ ਵਾਪਸ ਭੇਜਦਾ ਆ। ਹਾਲੇਲੂਇਆ, ਖਾਲੀ ਹੱਥ ਨਾਲ ਆਉਣ ਦਾ ਮਤਲਬ ਆ ਬਈ ਸਾਡੇ ਕੋਲ ਕੱਖ ਨਹੀਂ ਹੈਗਾ, ਤੇਰੇ ਕੋਲ ਜੋ ਹੈਗਾ ਸਾਨੂੰ ਦੇ ਦੇ। ਸੋ ਜਦੋਂ ਵੀ ਖੁਦਾ ਦੇ ਘਰ ਆਉਣਾ ਕਦੇ ਵੀ ਖਾਲੀ ਹੱਥ ਨਹੀਂ ਆਉਣਾ। ਦੂਸਰੀ ਉਹਦੀ ਕੰਡੀਸ਼ਨ ਆ, ਕਹਿੰਦਾ 6 ਦਿਨ ਕੀ ਕਰੋ, ਕੰਮ ਕਰੋ, ਤੇ 7ਵੇਂ ਦਿਨ ਮੇਰੀ ਹਜ਼ੂਰੀ ਵਿੱਚ ਆਓ, ਕਿਉਂਕਿ ਉਹ ਦਿਨ ਪਰਮੇਸ਼ਵਰ ਨੇ ਕਿਹੜਾ ਬਣਾਇਆ, ਬਰਕਤ ਦਾ ਦਿਨ ਬਣਾਇਆ, ਤੇ ਉਸ ਦਿਨ ਉਹ ਸਾਨੂੰ ਕੀ ਦੇਣੀ ਚਾਹੁੰਦਾ,
ਬਰਕਤ ਦੇਣੀ ਚਾਹੁੰਦਾ ਤੇ ਜਿੱਦਣ ਉਹਨੇ ਬਰਕਤ ਦੇਣੀ ਉਦਣ ਅਸੀਂ ਆਉਂਦੇ ਨਹੀਂ। ਲੈ ਹੁਣ ਹੀ ਦਿਖਾਲਦਾ ਮੈਂ ਤੁਹਾਨੂੰ ਕਿੰਨੇ ਐਤਵਾਰ ਨਹੀਂ ਆਏ, ਹੱਥ ਖੜੇ ਕਰੋ, ਉੱਚਾ ਹੱਥ ਖੜੇ ਕਰੋ ਬਈ, ਸੱਚੀ ਸੱਚੀ ਜਿਹੜੇ ਐਤਵਾਰ ਨਹੀਂ ਆਏ। ਆਹ ਦੇਖੋ ਹਜੇ ਹੋਰ ਵੀ ਹੈਗੇ, ਹੌਲੀ ਹੌਲੀ ਸੋਚਦੇ ਵੀ ਕਰੀਏ ਕਿ ਨਾ ਕਰੀਏ, ਕਰ ਲਓ ਚੰਗੇ ਰਹਿ ਜਾਓਗੇ, ਉਹਦੇ ਘਰ ਵਿੱਚ ਬਹਿ ਕੇ ਝੂਠ ਨਹੀਂ ਬੋਲੀਦਾ। ਹੈਂ ਜਿਹੜੇ ਨਹੀਂ ਆਏ ਐਤਵਾਰ, ਉੱਚਾ ਹੱਥ ਖੜੋ ਨਾ, ਇੱਦਾਂ ਪਤਾ ਲੱਗੇ, ਬਾਹਰ ਕੱਢੋ ਹੱਥ ਇੱਕ ਦੂਜੇ ਦੇ ਪਿੱਛੇ ਨਾ ਲੁਕੋਵੋ। ਇਹ ਦੇਖੋ ਹੈਂ, ਬਹੁਤ ਸ਼ੁਕਰੀਆ, ਥੱਲੇ ਕਰੋ, ਸੱਚ ਬੋਲਣ ਲਈ ਧੰਨਵਾਦ। ਬਰਕਤ ਵਾਲੇ ਦਿਨ ਅਸੀਂ ਆਉਂਦੇ ਨਹੀਂ ਤੇ ਦੂਜੇ ਪਾਸੇ ਅਸੀਂ ਰੌਲਾ ਪਾਉਂਦੇ, ਸਾਨੂੰ ਬਰਕਤ ਨਹੀਂ ਮਿਲਦੀ। ਕਹਿੰਦਾ ਡਰਾਕੜਾਂ ਤੇ ਬੇਪਰਤਿਤਿਆਂ, ਇਹ ਜਿਹੜੇ ਲੋਕ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨ ਤੋਂ ਬਾਅਦ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਨਹੀਂ ਚਲਾਉਂਦੇ, ਉਹ ਬੇਪ੍ਰਤੀਤਿਆਂ ਵਿੱਚ ਆਉਂਦੇ ਆ, ਵੀ ਸੁਣ ਲਿਆ ਬਸ ਠੀਕ ਆ, ਪ੍ਰਤੀਤ ਨਹੀਂ ਕਰਨੀ, ਮੰਨਣਾ ਨਹੀਂ। ਤੇ ਪਹਿਲੀ ਗੱਲ ਡਰਾਕਣਾ ਤੇ ਬੇਪ੍ਰਤੀਤਿਆਂ ਦਾ, ਅਗਲੀ ਗੱਲ ਦੇਖੋ ਕੀ ਹੋਣ ਵਾਲਾ ਇਹਨਾਂ ਦਾ। ਹਾਂਜੀ, ਘਿਣਾਉਣਿਆ, ਹਾਂ ਘਿਣਾਉਣਿਆ, ਘਿਣਾਉਣੇ ਸਮਝਦੇ ਹੋ ਜਿਹੜੇ ਤੁਸੀਂ ਕਹਿੰਦੇ ਬਦਸੂਰਤ ਹੁੰਦੇ ਆ, ਚੰਗੇ ਨਹੀਂ ਲੱਗਦੇ। ਤੇ ਇਨਸਾਨ ਤੇ ਬਦਸੂਰਤ ਪਰਮੇਸ਼ੁਰ ਨੇ ਬਣਾਏ ਨਹੀਂ, ਫਿਰ ਘਿਣਾਉਣੇ ਕੌਣ ਆ ਜਿਹੜੇ ਸਾਡੀ ਜੀਵਨ ਦੇ ਨਾਲ ਗਲਤ ਘਿਣਾਉਣੇ ਕੰਮ ਚੁੰਬੜੇ ਆ। ਉਹ ਲੋਕ ਘਿਣਾਉਣੇ ਆ ਪ੍ਰਭੂ ਦੀ ਨਜ਼ਰ ਚ, ਜਿਹਨਾਂ ਦੇ ਕਰਮ, ਜਿਹਨਾਂ ਦੇ ਕਰਮ ਘਿਣਾਉਣੇ ਆ, ਉਹ ਬੰਦਿਆਂ ਦੀ ਗੱਲ ਕਰਦਾ। ਅਗਲੀ ਗੱਲ ਖੂਨੀਆਂ, ਆ ਜਿਹੜੇ ਲੋਕ ਦੂਜਿਆਂ ਦੇ ਖੂਨ ਦੇ ਉੱਤੇ ਹਮਲਾ ਕਰਦੇ ਆ, ਕਿਉਂਕਿ ਮੈਂ ਪਿਛਲੇ ਦਿਨਾਂ ਵਿੱਚ ਦੱਸ ਰਿਹਾ ਸੀ ਕਿਉਂ ਹਰ ਇੱਕ ਆਦਮੀ ਖੂਨ ਨੂੰ ਦੇਖ ਕੇ ਘਬਰਾ ਜਾਂਦਾ, ਕਿਉਂਕਿ ਖੂਨ ਵਿੱਚ ਜਾਨ ਹੈ, ਖੂਨ ਵਿੱਚ ਕੀ ਹੈ, ਤੇ ਜਦੋਂ ਕਿਸੇ ਦੀ ਜਾਨ ਬਾਹਰ ਨਿਕਲਦੀ ਹੈ ਤੇ ਇਨਸਾਨ ਘਬਰਾ ਜਾਂਦਾ। ਮੇਰੇ ਇੱਕ ਜਾਣ ਪਛਾਣ ਦੇ ਮਿੱਤਰ ਹੈ ਤੇ ਉਹਨਾਂ ਦੀ ਉੱਥੇ ਲੜਾਈ ਹੋ ਗਈ ਤੇ ਉਹਨਾਂ ਨੇ ਡਰਦਿਆਂ ਨੇ, ਜਿਹੜੇ ਉਹਨਾਂ ਦੇ ਪਿੰਡ ਵਿੱਚ ਕੁਛ ਲੋਕ ਆਏ ਸੀ, ਕੁੜੀ ਦਾ ਇਸ ਲਈ ਵਿਆਹ ਵਾਲਿਆਂ ਦਾ ਝਗੜਾ ਸੀ ਕੁਛ, ਤੇ ਉਹ ਪਿੰਡ ਦੇ ਲੜਕੇ ਸੜਕ 'ਤੇ ਖੜ੍ਹੇ ਸੀ। ਉਹ ਜਦੋਂ ਰੌਲਾ ਰੌਲਾ ਪਾਇਆ, ਉਹਨਾਂ ਨੇ ਸੋਚਿਆ ਕਿ ਕੋਈ ਬੰਦੇ ਬੁੰਦੇ ਪੈ ਗਏ, ਉਹਨਾਂ ਨੂੰ ਰੋਕਣ ਲੱਗੇ। ਉਹਨਾਂ 'ਚੋਂ ਇੱਕ ਬੰਦੇ ਨੇ ਇੱਕ ਲੜਕੇ ਦੇ ਲੱਤ 'ਤੇ ਗੋਲੀ ਮਾਰਤੀ। ਉਹਨੂੰ ਲੱਗਿਆ ਕਿ ਬਈ ਲੱਤ 'ਚ ਹੀ ਲੱਗੀ ਹੈ, ਕਿਹੜਾ ਮਰਨ ਲੱਗਾ। ਉਹਨਾਂ ਨੇ ਇੰਨਾ ਜ਼ਿਆਦਾ ਧਿਆਨ ਨਹੀਂ ਕੀਤਾ, ਉਹ ਕੱਪੜੇ ਕੁੱਪੜੇ ਬੰਨਦੇ ਰਹੇ, ਖੂਨ ਖਾਨ ਨਿਕਲਦਾ ਸੀ। ਉਹ ਜਦ ਤੱਕ ਉਹਨੂੰ ਹੋਸਪਿਟਲ ਲੈ ਕੇ ਗਏ, ਉਹ 'ਚ ਖੂਨ ਪੰਪ ਖੂਨ ਦੇ ਨਾਲ ਚੱਲਦਾ ਨਾ ਫਿਰ, ਅਤੇ ਬਲੱਡ ਘੱਟ ਗਿਆ ਅਤੇ ਉਹ ਮੁੰਡਾ ਮਰ ਗਿਆ। ਮਤਲਬ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਜਿਹੜਾ ਖੂਨ ਹੈ ਉਹਦੇ ਵਿੱਚ ਕੀ ਹੈ, ਜੀਵਨ ਆ ਉਹਦੇ ਵਿੱਚ, ਅਤੇ ਤਾਂ ਇਨਸਾਨ ਘਬਰਾ ਜਾਂਦਾ ਕਿਸੇ ਦੀ ਜਾਨ ਨਿਕਲਦੀ ਦੇਖ ਕੇ। ਸਾਡੇ ਅੰਦਰ ਘਬਰਾਹਟ ਹੁੰਦੀ ਹੈ ਕਿਉਂਕਿ ਪਰਮੇਸ਼ਵਰ ਨੇ ਉਹਨੂੰ ਜੀਵਨ ਦਿੱਤਾ ਹੈ। ਇਸ ਕਰਕੇ ਇਹ ਕੀ ਕਹਿੰਦਾ, ਖੂਨੀਆ, ਸਮਝ ਲੱਗ ਗਈ ਨਾ ਅਗਲੀ ਗੱਲ। ਹਾਂਜੀ, ਹਰਾਮਕਾਰਾਂ, ਹਾਂ ਜਿਹੜੇ ਲੋਕ ਉਹ ਕੰਮ ਕਰਦੇ ਆ ਜਿਹੜੇ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਅੱਛੇ ਨਹੀਂ ਹੈ, ਉਹਨਾਂ ਦੀ ਪਰਸਨਲ ਇੰਟਰਨਲ ਹਿਡਨ ਲਾਈਫ ਦੇ ਵਿੱਚ ਜਿਹੜੇ ਪਾਪ ਹੁੰਦੇ ਆ ਉਹਨਾਂ ਦੀ ਗੱਲ ਕਰਦਾ। ਅਗਲੀ ਗੱਲ, ਜਾਦੂਗਰਾਂ, ਹਾਂ ਬਹੁਤ ਸਾਰੇ ਚਰਚ ਨੂੰ ਵੀ ਆਈ ਜਾਂਦੇ ਆ, ਜਾਦੂਗਰਾਂ ਦੇ ਕੋਲ ਵੀ ਜਾਣਾ ਚਾਹੁੰਦੇ ਆ ਜਾਂ ਜਾਂਦੇ ਆ, ਹੱਥ ਦਿਖਾਉਣ ਜਾਂਦੇ ਆ।
ਦੇਖ ਲਓ ਹੁਣ ਕੀ ਹੋਣ ਲੱਗਿਆ। ਇੱਕ ਕੈਟਾਗਰੀ ਦੇ ਲੋਕਾਂ ਨੂੰ ਇੱਕ ਪਾਸੇ ਕਰ ਰਿਹਾ, ਹੈ ਨਾ, ਇਕੱਠੇ ਕਰ ਰਿਹਾ ਇੱਕ ਪਾਸੇ ਸਾਰਿਆਂ ਨੂੰ। ਕਿਹੜੇ ਕਿਹੜੇ ਲੋਕਾਂ ਨੂੰ ਆਪਾਂ ਦੇਖਾਂਗੇ ਬਾਅਦ ਚ। ਅਗਲੀ ਗੱਲ, ਮੂਰਤੀ ਪੂਜਕਾਂ। ਹਾਂ, ਮੂਰਤੀ ਪੂਜਕਾਂ। ਹੁਣ ਕਹਿੰਦੇ ਤੁਸੀਂ ਮੂਰਤੀ ਪੂਜਕਾਂ ਦੇ ਖਿਲਾਫ ਬੋਲਦੇ ਹੋ। ਅਸੀਂ ਥੋੜ੍ਹੀ ਬੋਲਦੇ ਹਾਂ, ਅਸੀਂ ਤੇ ਇਹ 'ਚ ਲਿਖਿਆ ਪੜ੍ਹ ਕੇ ਦੱਸਦੇ ਹਾਂ ਭਾਈ, ਅਸੀਂ ਥੋੜ੍ਹੀ ਖਿਲਾਫ ਹਾਂ ਕਿਸੇ ਦੇ। ਉਹ ਤੁਹਾਡੀ ਮਰਜ਼ੀ, ਤੁਸੀਂ ਜੋ ਮਰਜ਼ੀ ਕਰੋ, ਪਰ ਪਰਮੇਸ਼ਵਰ ਕਹਿੰਦੇ ਆ, ਬਵਿਸਤਾ ਸਾਰ 5 ਚੈਪਟਰ ਦੇ ਵਿੱਚ ਵੀ ਇੱਦਾਂ ਕਹਿੰਦਾ, ਕਹਿੰਦਾ ਮੇਰੇ ਸਨਮੁਖ ਤੇਰੇ ਲਈ ਕੋਈ ਦੂਜੇ ਦੇਵੀ ਦੇਵਤੇ ਨਾ ਹੋਣ। ਇੱਦਾਂ ਬਾਈਬਲ 'ਚ ਲਿਖਿਆ। ਔਰ ਇੱਥੇ ਕੀ ਕਹਿੰਦਾ, ਜਿਹੜੇ ਮੂਰਤੀ ਪੂਜਕ ਉਹ ਵੀ ਉਹਨੇ ਇੱਕ ਪਾਸੇ ਲਾਈਨ 'ਚ ਲਾ ਤੇ। ਇਹ ਦੇਖ ਲਓ ਤਾਂ ਤੁਸੀਂ ਇਸ ਲਾਈਨ 'ਚ ਹੈਗੇ ਆ ਜਾਂ ਨਹੀਂ, ਧਿਆਨ ਰੱਖਿਓ। ਅਗਲੀ ਗੱਲ, ਅਤੇ ਸਾਰਿਆਂ ਝੂਠਿਆਂ ਦਾ ਹਿੱਸਾ। ਝੂਠ ਬੋਲਣ ਵਾਲੇ ਮਿੰਟ ਮਿੰਟ ਦੇ, ਭਾਵੇਂ ਉਹਦੇ ਮੋਹਰ ਦੀ ਤੁਰਿਆ ਜਾਂਦਾ ਹੋਵੇ, ਉਹਨੂੰ ਕਹੀ ਜਾਂਦਾ ਨਹੀਂ ਨਹੀਂ ਮੈਂ ਤਾਂ ਚੰਡੀਗੜ੍ਹ ਹਾਂ, ਕਹਿੰਦਾ ਚੰਗਾ ਬੰਦਾ ਉਹ ਤੁਰਿਆ ਜਾਂਦਾ, ਹੁਣੇ ਲੰਘਿਆ, ਫੋਨ 'ਤੇ ਕਹੀ ਜਾਂਦਾ ਮੈਂ ਚੰਡੀਗੜ੍ਹ ਹਾਂ। ਸਮਝ ਮੇਰੀ ਗੱਲ, ਚਰਚ ਨੂੰ ਆਉਂਦਾ ਨਹੀਂ, ਕਿਤੇ ਹੋਰ ਮੌਜ ਮਸਤੀ ਕਰਦਾ, ਪਰ ਘਰਦਿਆਂ ਨੂੰ ਕੀ ਕਹੀ ਜਾਂਦਾ ਮੈਂ ਕਿੱਥੇ ਹਾਂ। ਇਹਦੇ ਰੌਲਾ ਬਹੁਤ ਪੈਂਦਾ ਚਰਚ ਵਿੱਚ, ਆ ਬਾਅਦ ਵਿੱਚ ਕਰਦੇ ਗੱਲ। ਹੁਣ ਇਹ ਸਾਰਿਆਂ ਦੀ ਲਾਈਨ ਬਣਾਤੀ, ਕਿਹੜੇ ਕਿਹੜੇ ਇਸ ਲਾਈਨ 'ਚ ਖੜੇ ਆ ਆਪਾਂ ਇੱਕ ਵਾਰੀ ਦੁਬਾਰਾ ਦੇਖਦੇ ਹਾਂ। ਪੜ੍ਹਿਓ ਜ਼ਰਾ ਕਿੰਨੇ ਬੰਦੇ ਆ, ਨਾਲੇ ਗਿਣਤੀ ਕਰ ਲਈਏ। ਹਾਂਜੀ, ਪਰ ਡਰਾਕਲਾਂ, ਡਰਾਕਲਾਂ, ਬੇਪ੍ਰਤੀਤਿਆਂ, ਬੇਪ੍ਰਤੀਤਿਆਂ, 2 ਘਿਣਾਉਣਿਆਂ, 3 ਖੂਨੀਆਂ, 4 ਹਰਾਮਕਾਰਾਂ, 5 ਜਾਦੂਗਰਾਂ, 6 ਮੂਰਤੀ ਪੂਜਕਾਂ, 7 ਅਤੇ ਸਾਰਿਆਂ ਝੂਠਿਆਂ ਦਾ ਹਿੱਸਾ, 8। ਇਸ ਲਾਈਨ 'ਚ ਕਿੰਨੀਆਂ ਕੈਟਾਗਰੀ ਦੇ ਲੋਕ ਇਕੱਠੇ ਕਰਦੇ ਬੋਲੋ। ਹੁਣ ਤੁਸੀਂ ਦੇਖੋ ਇਹਦੇ ਵਿੱਚ ਕਿਸ ਕੋਈ ਹੈ ਤਾਂ ਨਹੀਂ ਤੁਸੀਂ ਇਸ ਲਾਈਨ 'ਚ, ਅਤੇ ਜੇ ਹੈ ਤਾਂ ਅੱਜ ਤੁਹਾਨੂੰ ਕੀ ਕਰਨਾ ਪਊਗਾ ਇਹਚੋਂ। ਸੁਣੋ ਮੇਰੀ ਗੱਲ, ਕੀ ਕਰਨਾ ਪੈਣਾ, ਬਾਹਰ ਨਿਕਲਣਾ ਪੈਣਾ, ਨਹੀਂ ਤਾਂ ਰੇਲ ਗੱਡੀ ਦੀ ਰੇਲ ਗੱਡੀ ਹੋਰ ਕਿਸੇ ਪਾਸੇ ਨੂੰ ਚੱਲ ਜਾਣੀ ਹੈ। ਇਹ 8 ਤਰ੍ਹਾਂ ਦੀ ਕੈਟਾਗਰੀ ਦੇ ਲੋਕ ਉਹਨੇ ਇੱਕ ਪਾਸੇ ਇਕੱਠੇ ਕਰ ਦਿੱਤੇ ਆ। ਤੁਹਾਨੂੰ ਧਿਆਨ ਦੇਣਾ ਪੈਣਾ ਕਿ ਤੁਸੀਂ ਤਾਂ ਨਹੀਂ ਕਿਸੇ ਉਸ ਲਾਈਨ 'ਚ ਲੱਗੇ। ਅੱਛਾ, ਹੁਣ ਇਹ ਲਾਈਨ ਰੇਲ ਗੱਡੀ ਚੱਲੀ ਕਿੱਥੇ ਆ, ਆਪਾਂ ਦੇਖਦੇ ਹਾਂ ਬਾਈਬਲ ਵਿੱਚੋਂ, ਦੇਖੀਏ ਦੇਖੀਏ ਵੀ ਕਿੱਥੇ ਚੱਲੀ ਰੇਲ ਗੱਡੀ। ਓਕੇ, ਇਹ 8 ਡੱਬਿਆਂ ਦੀ ਰੇਲ ਗੱਡੀ ਹੈ, ਇਹ ਕਿੱਧਰ ਨੂੰ ਚੱਲੀ ਹੈ, ਪੜ੍ਹੋ ਇੱਥੇ। ਹਾਂ, ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਹਾਂ ਉਸ ਝੀਲ ਵਿੱਚ ਹੋਵੇਗਾ। ਹਾਂ, ਇਹ ਝੀਲ ਵਿੱਚ ਚੱਲੀ ਹੈ, ਸੁਖਨਾ ਝੀਲ ਵਿੱਚ ਨਹੀਂ ਚੱਲੀ ਇਹ, ਵੀ ਉੱਥੇ ਜਾ ਕੇ ਤੁਸੀਂ ਇੰਜੋਏ ਕਰਨਾ। ਆਪਾਂ ਦੇਖਦੇ ਹਾਂ ਕਿਹੜੀ ਝੀਲ ਵਿੱਚ ਚੱਲੀ ਹੈ। ਹਾਂ, ਜਿਹੜੀ ਅੱਗ। ਹਾਂ, ਜਿਹੜੀ, ਬੋਲੋ, ਹੁਣ ਚੁੱਪ ਕਰ ਗਏ, ਕਾਹਦੇ ਨਾਲ ਬਲਦੀ ਹੈ, ਇਹ ਕਿਹੜੀ ਝੀਲ ਹੈ। ਹਾਂ, ਉਹ ਚੰਡੀਗੜ੍ਹ ਵਾਲੀ ਝੀਲ ਨਾ ਸਮਝੋ, ਇਹ ਉਹ 'ਚ ਪਾਣੀ ਹੈ, ਇਹ 'ਚ ਕੀ ਹੈ, ਬੜਾ ਫਰਕ ਹੈ। ਦੇਖੋ ਕੀ ਕਹਿੰਦਾ ਬਾਈਬਲ, ਕੀ ਕਹਿੰਦਾ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ। ਗੰਧਕ ਨਾਲ ਕੀ ਹੈ, ਬਲਦੀ ਹੈ। ਇਹ ਦੇਖੋ ਵੀ ਕਿਸੇ ਗਲਤ ਡੱਬਿਆਂ 'ਚ ਨਾ ਬੈਠੇ ਰਹੇ, ਉੱਤਰ ਜਾਓ ਅੱਜ ਜੇ ਬੈਠੇ ਆ ਦਿਨਾਂ 'ਚ, ਇਹ ਹੋਰ ਕਿਸੇ ਪਾਸੇ ਨੂੰ ਜਾ ਰਹੀ ਹੈ। ਅੱਜ ਸਾਨੂੰ ਸਿਰਫ ਆਪਣਾ ਦੁੱਖ ਨਜ਼ਰ ਆ ਰਿਹਾ, ਪਰ ਪਰਮੇਸ਼ਵਰ ਦਾ ਵਚਨ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਤੁਹਾਨੂੰ, ਅਗਲੀਆਂ ਪੰਕਤੀਆਂ ਵਿੱਚ ਦੇਖਣਾ ਤੁਸੀਂ, ਅਗਰ ਇਹਨਾਂ ਡੱਬਿਆਂ 'ਚ ਉੱਤਰ ਗਿਆ ਫਿਰ ਚੜ੍ਹਨਾ ਕਿਹਨਾਂ ਡੱਬਿਆਂ 'ਚ ਆ ਬਈ, ਇਹ ਵੀ ਪਤਾ ਹੋਣਾ ਚਾਹੀਦਾ ਨਾ ਆਪਾਂ ਨੂੰ।
ਵੀ ਠੀਕ ਆ ਵੀ ਇਹਨਾਂ ਚ ਤਾਂ ਉਤਰ ਗਏ, ਹੁਣ ਐਵੇਂ ਨਾ ਪਲੇਟਫਾਰਮ ਤੇ ਖੜੇ ਉਡੀਕੀ ਜਾਇਓ ਵੀ ਹੁਣ ਚੜੀਏ ਕੱਚ। ਆਪਾਂ ਅਗਲੀਆਂ ਆਇਤਾਂ ਵਿੱਚ ਦੇਖ ਲੈਂਦੇ ਜਾ ਕੇ ਵੀ ਆਪਾਂ ਇਹਨਾਂ ਚ ਉਤਰ ਕੇ ਚੜ੍ਹਨਾ ਕਿੱਥੇ ਆ। ਤੇ ਝੀਲ ਵਿੱਚ ਕੀ ਹੁੰਦਾ ਬਈ ਆਮ ਤੌਰ ਤੇ? ਬੋਲੋ, ਪਾਣੀ। ਪਰ ਜਿਹੜੀ ਬਾਈਬਲ ਜਿਹੜੀ ਝੀਲ ਦੀ ਗੱਲ ਕਰਦੀ ਹੈ, ਇਸ ਝੀਲ ਵਿੱਚ ਕੀ ਆ? ਅੱਗ ਹੈ ਇਹਦੇ ਵਿੱਚ। ਤੇ ਤੁਸੀਂ ਕਦੇ ਅੱਗ ਦੀ ਝੀਲ ਦੇਖੀ ਆ? ਇਹ ਆ ਨਵੀਆਂ ਗੱਲਾਂ ਬਾਈਬਲ ਦੇ, ਇਹ ਆ ਭੇਤ, ਇਹ ਆ ਪ੍ਰਕਾਸ਼ ਜਿਹੜੇ ਬਾਈਬਲ ਸਾਡੇ ਉੱਤੇ ਪ੍ਰਗਟ ਕਰਨਾ ਚਾਹੁੰਦਾ, ਜਿਹਦੇ ਲਈ ਸਾਡੇ ਕੋਲ ਵਿਹਲ ਨਹੀਂ ਆ ਅੱਜ। ਦੇਖੋ ਪਿਆਰਿਓ, ਅੱਜ ਤੁਸੀਂ ਨਾ ਇੰਨੇ ਰੀਝ ਨਾਲ ਸੁਣ ਲਿਆ, ਹੁਣ ਜਦੋਂ ਨਿਆਂ ਹੋਣਾ ਉਹਨੇ ਤੁਹਾਨੂੰ ਬੁਲਾਉਣਾ, ਉਹਨੇ ਆਹ ਰੀਲ ਚਲਾਉਣੀ ਉੱਥੇ। ਆਹ ਸਾਡੇ ਕੋਲ ਤਾਂ ਸ਼ਾਇਦ ਗਵਾਚ ਜਾਵੇ, ਰਿਕਾਰਡਿੰਗ ਹੋ ਰਹੀ ਹੈ, ਪਰ ਜਿਹੜੀ ਉਹ ਰਿਕਾਰਡਿੰਗ ਕਰਦਾ ਉਹ, ਬੋਲੋ, ਉਹ ਨਹੀਂ ਗਵਾਚਣੀ। ਉਹਨੇ ਦਿਖਾਉਣਾ ਵੀ ਆਹ ਦੇ ਤੂੰ ਫਲਾਨੇ ਚੌਥੇ ਨੰਬਰ ਪਿੱਲਰ 'ਤੇ ਢੋ ਲਾ ਕੇ ਬੈਠਾ ਸੀ, ਆ ਜਾ ਇੱਧਰ, ਇਕੱਲਾ ਇਕੱਲਾ ਕੱਢ ਕੇ ਦਿਖਾਓ ਵੀ ਮੈਂ ਤਾਂ ਤੈਨੂੰ ਆਪਣੇ ਆਦਮੀ ਨੂੰ ਭੇਜਿਆ ਸੀ ਤੈਨੂੰ ਦੱਸੇ, ਆਹ ਦੇ ਇੱਦਾਂ ਦੱਸਿਆ ਤੈਨੂੰ। ਦੇਖੋ ਤੀਤਸ ਦੀ ਕਿਤਾਬ, ਬਾਈਬਲ ਦੇ ਅੰਦਰ ਤੀਤਸ ਦੀ ਕਿਤਾਬ ਆ, ਨਿਊ ਟੈਸਟਾਮੈਂਟ ਦੇ ਅੰਦਰ ਹੀ ਹੈ, ਉਹਦਾ ਇੱਕ ਚੈਪਟਰ ਆ, ਉਹਦੀ 16 ਆਇਤ ਆ, ਪੜ੍ਹੋ ਜ਼ਰਾ ਕੀ ਲਿਖਿਆ। ਉਹ ਆਖਦੇ ਹਨ, ਵਾਹ ਬੋਲੋ, ਵਾਹ ਵਾਹ, ਦੇਖੋ ਮਜ਼ੇ ਜਿਹੇ ਨਾਲ ਬੋਲੋ ਨਾ, ਵਾਹ। ਜਿਹੜੀ ਨਾ ਇੱਥੇ ਲੜਾਈ ਲੱਗੀ ਹੈ, ਮਾੜੀ ਜੀ ਬੰਦ ਤਾਂ ਕਰੋ, ਬੋਲਦੇ ਨਹੀਂ, ਜਿਹੜੀ ਇੱਥੇ ਲੜਾਈ ਚੱਲਦੀ ਹੈ ਇਹਨੂੰ ਬੰਦ ਤਾਂ ਕਰੋ ਥੋੜ੍ਹੇ ਮਿੰਟ ਜ਼ਰਾ। ਬੋਲੋ, ਵਾਹ। ਅੱਖਾਂ ਬੰਦ ਕਰੋ, ਲੰਬਾ ਸਾਹ ਲਓ ਇੱਕ ਵਾਰੀ। ਹੌਲੀ ਹੌਲੀ ਛੱਡੋ, ਲੰਬਾ ਸਾਹ ਲੈ ਕੇ ਹੌਲੀ ਹੌਲੀ ਛੱਡੋ। ਦੇਖੋ ਕੋਈ ਕੋਈ ਲੜਾਈ ਬੰਦ ਹੋਈ ਕਿ ਨਹੀਂ? ਇੱਦਾਂ ਲੜਾਈਆਂ ਬੰਦ ਹੋ ਜਾਂਦੀਆਂ ਜਿਹੜੀਆਂ ਇੱਥੇ ਲੱਗੀਆਂ ਹੁੰਦੀਆਂ, ਸਮਝ ਮੇਰੀ ਗੱਲ? ਚੌਂਕੜੀ ਮਾਰੀ ਹੋਵੇ, ਗੋਡਿਆਂ 'ਤੇ ਹੱਥ ਰੱਖੇ ਹੋਣ, ਅਤੇ ਲੰਬਾ ਸਾਹ ਲੈ ਕੇ ਹੌਲੀ ਹੌਲੀ ਖਿੱਚ ਕੇ ਹੌਲੀ ਹੌਲੀ ਛੱਡਣਾ 3-4 ਵਾਰੀ, ਫਿਰ ਅੱਖਾਂ ਖੋਲ੍ਹੋ। ਇੱਥੇ ਜਿਹੜੀਆਂ ਲੜਾਈਆਂ ਲੱਗੀਆਂ ਬੰਦ ਹੋ ਜਾਂਦੀਆਂ, ਧਿਆਨ ਰੱਖਿਓ, ਠੀਕ ਹੈ? ਕੋਸ਼ਿਸ਼ ਕਰਿਓ, ਤੁਹਾਨੂੰ ਸਮਝ ਆ ਜਾਣੀ। ਫਿਰ ਹੁਣ ਕੀ ਕਹਿੰਦਾ, ਜਿਹੜੇ ਉਹ ਇੱਧਰ ਦੇਖੋ, ਜਿਹੜੇ ਉਹ 8 ਤਰ੍ਹਾਂ ਦੇ ਕੈਟਾਗਰੀ ਦੇ ਲੋਕ ਲਾਈਨ 'ਚ ਲਾਏ ਨਾ ਉਹਨੇ, ਉਹਨਾਂ ਬਾਰੇ ਹੁਣ ਫਿਰ ਗੱਲ ਕਰਨ ਲੱਗਾ, ਸੁਣੋ। ਹਾਂਜੀ, ਉਹ ਆਖਦੇ ਹਨ, ਉਹ ਸਾਰੇ ਕੀ ਕਹਿੰਦੇ ਆ? ਹਾਂ, ਭਈ ਅਸੀਂ ਪਰਮੇਸ਼ਵਰ ਨੂੰ ਜਾਣਦੇ ਹਾਂ। ਕੀ ਕਹਿੰਦੇ ਆ? ਬੋਲੋ, ਇੱਦਾਂ ਇੱਥੇ ਲਿਖਦੇ ਆ ਜਾਂ ਪੜ੍ਹਦੇ ਆ, ਇੱਦਾਂ ਲੱਗਦਾ ਜਿੱਦਾਂ ਪਰਮੇਸ਼ਵਰ ਦੇ ਨਾਲ ਪੜ੍ਹਦੇ ਰਹੇ ਹੋਣ ਜਾਂ ਖੇਡਦੇ ਰਹੇ ਹੋਣ। ਇੱਦਾਂ ਕਹਿੰਦੇ ਅਸੀਂ ਪਰਮੇਸ਼ਵਰ ਨੂੰ ਕੀ ਕਰਦੇ ਹਾਂ? ਜਾਣਦੇ ਹਾਂ। ਅਗਲੀ ਗੱਲ, ਪਰ ਆਪਣੀਆਂ ਕਰਨੀਆਂ ਦੇ ਰਾਹੀਂ। ਹਾਂ, ਪਰ ਆਪਣੀਆਂ ਕਰਨੀਆਂ, ਕਰਮ ਕੰਮ, ਆਪਣੀਆਂ ਕਰਨੀਆਂ ਦੇ ਰਾਹੀਂ ਕੀ ਕਰਦੇ ਆ? ਉਹਦਾ ਇਨਕਾਰ ਕਰਦੇ ਹਨ। ਵਾਹ, ਉਹਦਾ ਕੀ ਕਰਦੇ ਆ? ਇਨਕਾਰ ਕਰਦੇ ਆ। ਪ੍ਰਾਰਥਨਾ ਨਾ ਕਰਨਾ ਮਤਲਬ ਪਰਮੇਸ਼ਵਰ ਦਾ ਕੀ ਕਰਨਾ ਹੈ? ਬੋਲੋ ਹੁਣ, ਹਰ ਐਤਵਾਰ ਚਰਚ ਨਾ ਆਉਣਾ ਮਤਲਬ ਪਰਮੇਸ਼ਵਰ ਦਾ ਕੀ ਕਰਨਾ ਹੈ?
ਆਪਣਾ ਦਸਵਾਂ ਹਿੱਸਾ ਪ੍ਰਭੂ ਦੇ ਘਰ ਨਾ ਦੇਣ ਦਾ ਮਤਲਬ ਕੀ ਹੈ? ਬੋਲੋ ਹੁਣ, ਇਨਕਾਰ ਕਰਨਾ ਹੈ ਕਿਹਦਾ? ਪਰਮੇਸ਼ਵਰ। ਜਦੋਂ ਪਰਮੇਸ਼ਵਰ ਦੇ ਵਚਨ ਦਾ ਕਰਤਾ, ਇਹਦਾ ਮਤਲਬ ਅਸੀਂ ਕਿਹਦਾ ਕਰਤਾ? ਪਰਮੇਸ਼ਵਰ ਦਾ ਕਰਤਾ। ਹਾਂਜੀ ਪੜ੍ਹੋ ਜ਼ਰਾ, ਫਿਰ ਆਪਾਂ ਅਗਲੀਆਂ ਗੱਲਾਂ 'ਚ ਵੀ ਚੱਲਦੇ ਹਾਂ ਵਚਨ 'ਚ। ਹਾਂਜੀ, ਪਰ ਆਪਣੀਆਂ ਕਰਨੀਆਂ ਦੇ ਰਾਹੀਂ, ਆਪਣੀਆਂ ਕਰਨੀਆਂ ਦੇ ਰਾਹੀਂ, ਆਪਣੇ ਕੰਮਾਂ ਦੇ ਰਾਹੀਂ, ਹਾਂਜੀ, ਉਹਦਾ ਇਨਕਾਰ ਕਰਦੇ ਹਨ। ਉਹਦਾ ਇਨਕਾਰ ਕਰਦੇ ਹਨ। ਕਿਉਂ ਜੋ? ਕਿਉਂ ਜੋ? ਉਹ ਘਿਨਾਉਣੇ, ਆਹਾ ਘਿਨਾਉਣੇ, ਹਾਂ, ਅਤੇ ਅਣਆਗਿਆਕਾਰ, ਆਹਾ ਹਾ ਹਾ, ਕੈਟਾਗਰੀ ਦੇਖੋ, ਘਿਨਾਉਣੇ ਮਤਲਬ, ਘਿਨਾਉਣੇ ਮੈਂ ਸਮਝਾ ਕੇ ਹਟਿਆ ਪਹਿਲਾਂ ਨਾ, ਤੇ ਅਣਆਗਿਆਕਾਰ ਮਤਲਬ ਪਰਮੇਸ਼ਵਰ ਦੀ ਆਗਿਆ ਤੋਂ ਬਾਹਰ ਵਾਲੇ ਲੋਕ। ਅਗਲੀ ਗੱਲ, ਅਤੇ ਹਰੇਕ ਭਲੇ ਕੰਮ ਦੇ ਲਈ, ਆਹਾ ਹਾ, ਹਰੇਕ ਚੰਗੇ ਕੰਮ ਦੇ ਲਈ ਅਪਰਵਾਨ ਹਨ। ਲੱਤ ਉਡਾਉਣ ਵਾਲੇ ਪ੍ਰਵਾਨ ਨਹੀਂ ਕਰਦੇ ਚੰਗੇ ਕੰਮਾਂ ਨੂੰ, ਆਪ ਪ੍ਰਵਾਨ ਹੈ ਉਹਨਾਂ ਦੇ, ਉਹਨਾਂ ਨੂੰ ਮੰਨਦੇ ਨਹੀਂ ਹੈ। ਚੰਗੇ ਕੰਮ ਕਰਨ ਵਾਲਿਆਂ ਨੂੰ ਵੀ ਉਹ ਰੋਕਣ ਵਾਲੇ ਲੋਕ ਆ, ਔਰ ਦੂਜੇ ਪਾਸੇ ਗਲ 'ਚ ਸਲੀਬ ਪਾ ਕੇ ਇਹ ਪ੍ਰਮਾਣ ਪੇਸ਼ ਕਰਦੇ ਨੇ ਕਿ ਉਹ ਰੱਬ ਨੂੰ ਕੀ ਕਰਦੇ ਆ? ਬੋਲੋ, ਜਾਣਦੇ ਆ, ਕਹਿੰਦੇ ਪਰ ਆਪਣੇ ਕੰਮਾਂ ਦੇ ਰਾਹੀਂ। ਬਾਣੀ 'ਚ ਲਿਖਿਆ ਐਤਵਾਰ ਤੋਂ ਕਿੱਥੇ ਹੋਣਾ ਚਾਹੀਦਾ? ਬੋਲੋ, ਇਬਾਦਤ ਵਿੱਚ ਹੋਣਾ ਚਾਹੀਦਾ। ਅਤੇ ਐਤਵਾਰ ਤੋਂ ਬਾਹਰ ਫਿਰਦਾ ਹੁੰਦਾ, ਭੰਗੜੇ ਪਾਉਂਦਾ ਫਿਰਦਾ, ਖੀਰੇ ਚੱਕੀ ਫਿਰਦਾ, ਮੂੰਗਫਲੀ ਚੱਕੀ ਫਿਰਦਾ, ਅਤੇ ਦੂਜੇ ਪਾਸੇ ਕਹਿੰਦਾ ਮੈਂ ਰੱਬ ਨੂੰ ਜਾਣਦਾ ਅਤੇ ਕੰਮ ਉਹ ਕਰਦਾ ਜਿਹੜੇ ਉਹਨੇ ਮਨ੍ਹਾ ਕੀਤੇ ਆ। ਦੂਸਰਾ ਪਤਰਸ ਇੱਕ ਚੈਪਟਰ ਉਹਦੀ 10 ਆਇਤ ਦੇਖ ਲੈਂਦੇ ਆਪਾਂ ਕੀ ਲਿਖਿਆ। ਇਸ ਕਾਰਨ ਹੇ ਭਰਾਵੋ, ਆਹਾ, ਇਸ ਕਰਕੇ, ਕਿਸ ਕਰਕੇ? ਆ ਜਿਹੜੀ ਵੱਡੀ ਸਾਰੀ ਲਾਈਨ ਤੁਹਾਨੂੰ ਦਿਖਾਲੀ ਹੈ, ਔਰ ਉਹ ਜਿਹੜੀ ਤੁਸੀਂ ਦੇਖੀ ਹੈ ਨਾ ਝੀਲ, ਅੱਗ ਦੀ ਝੀਲ, ਉਹਦਾ ਕਰਕੇ, ਤੇ ਉਹਦਾ ਕਰਕੇ ਜਿਹੜੇ ਕਹਿੰਦੇ ਅਸੀਂ ਜਾਣਦੇ ਹਾਂ ਪਰ ਪਰਮੇਸ਼ਵਰ ਦਾ ਹੁਕਮ ਨਹੀਂ ਮੰਨਦੇ। ਤੇ ਹੁਣ ਅਗਲੀ ਗੱਲ ਦੇਖੋ ਕੀ ਕਹਿ ਰਿਹਾ। ਹਾਂਜੀ, ਆਪਣੇ ਸੱਦੇ ਜਾਣ, ਹੇ ਭਰਾਵੋ ਆਪਣੇ ਸੱਦੇ ਜਾਣ। ਅੱਛਾ ਮੇਰੀ ਗੱਲ ਸੁਣੋ, ਇੱਧਰ ਆਓ ਜਾ ਨਾ ਮਾੜਾ ਜਾ, ਇੱਧਰ ਨੂੰ ਜੇ ਲਿਖ ਲਓ ਨਾ, ਘਰ ਜਾ ਕੇ ਲੱਭ ਲਿਓ, ਦੂਸਰਾ ਪਤਰਸ ਪਹਿਲਾ ਚੈਪਟਰ 10 ਆਇਤ ਹੱਥ ਨਾਲ ਲਿਖ ਲਓ ਕਾਗਜ਼ 'ਤੇ, ਘਰ ਜਾ ਕੇ ਲੱਭਿਓ ਬਾਈਬਲ 'ਚੋਂ। ਮੇਰੀ ਹੁਣ ਗੱਲ ਸੁਣੋ ਧਿਆਨ ਦੇ ਨਾਲ, ਆ ਮੈਂ ਗੱਲ ਸਮਝਾ ਕੇ ਫਿਰ ਪ੍ਰਾਰਥਨਾ ਕਰਨੀ ਹੈ, ਸੁਣੋ। ਬਾਈਬਲ ਦੇ ਵਿੱਚ ਲਿਖਿਆ ਆਪਣੇ ਸੱਦੇ ਜਾਣ। ਤੁਸੀਂ ਕਦੇ ਵਿਆਹ 'ਚ ਗਏ ਹੋ? ਵਿਆਹ 'ਚ, ਹਾਂਜੀ ਗਏ ਆ, ਓਕੇ। ਜੇ ਤੁਹਾਨੂੰ ਵਿਆਹ ਵਾਲਿਆਂ ਦੇ ਸੱਦਾ ਨਾ ਆਵੇ ਫਿਰ ਵੀ ਚੱਲ ਜਾਂਦੇ ਹੁੰਦੇ ਆ? ਫੇਰ ਭਾਵੇਂ ਚਾਚੇ ਤਾਏ ਰੌਲਾ ਵੀ ਪਾਉਣ ਵੀ ਆ ਜਾ ਚੱਲੀਏ, ਉਹ ਕਹਿੰਦੇ ਨਾ ਮੈਨੂੰ ਸੱਦਾ ਨਹੀਂ ਆਇਆ ਮੈਨੂੰ, ਬੋਲੋ ਹੁਣ। ਫੇਰ 5-7 ਜਾਣੇ ਮਨਾਉਣ ਵੀ ਜਾਂਦੇ, ਉਹ ਕਹਿੰਦਾ ਨਹੀਂ ਨਹੀਂ ਉਹ ਐਵੇਂ ਕੰਡਿਆਂ ਉੱਤੋਂ ਦੀ ਘੜੀਸਦੇ ਮੈਂ ਨਹੀਂ ਜਾਣਾ, ਸਾਰਿਆਂ ਦੇ ਪਰਸੋਂ ਸੱਦੇ ਦਿੱਤੇ ਮੈਨੂੰ ਹੁਣ ਖੜੇ ਪੈਰ ਲੈਣਾ ਹੈ ਮੈਂ ਨਹੀਂ ਜਾਣਾ, ਕਿਉਂਕਿ ਸੱਦੇ ਦੀ ਬੜੀ ਅਹਿਮੀਅਤ ਆ। ਸੱਦੇ ਦੀ ਕੀ ਹੈ?
ਤੇ ਤੁਸੀਂ ਇਸ ਅਹਿਮੀਅਤ ਨੂੰ ਹੁਣ ਐਵੇਂ ਨਾ ਜਾਣਿਓ। ਤੁਸੀਂ ਅਗਰ ਇੱਕ ਦੋ ਤਿੰਨ ਘੰਟੇ ਦਾ ਵਿਆਹ ਹੁੰਦਾ, ਅਗਰ ਉਹਦੇ ਲਈ ਤੁਹਾਡੇ ਜੀਵਨ ਵਿੱਚ ਸੱਦੇ ਦੀ ਇੱਡੀ ਵੱਡੀ ਅਹਿਮੀਅਤ ਬਣ ਜਾਂਦੀ ਹੈ, ਤੇ ਸਾਰੇ ਕਹਿੰਦੇ ਵੀ ਉਹ ਕਹਿੰਦੇ ਕਈ ਵਾਰੀ ਯਾਰ ਉਹ ਗਲਤੀ ਨਾਲ ਚੇਤਾ ਭੁੱਲ ਗਿਆ ਜਾਂ ਗਲਤੀ ਹੋ ਗਈ ਭਾਈ, ਤੈਨੂੰ ਕਾਰਡ ਨਹੀਂ ਦਿੱਤਾ ਗਿਆ, ਫਿਰ ਵੀ ਕੀ ਕਹਿੰਦਾ ਚਲੋ ਕੋਈ ਨਹੀਂ, ਕਹਿੰਦਾ ਹੋ ਗਈ ਤੇ ਮੈਂ ਆਉਣਾ ਨਹੀਂ, ਪਰ ਕਿਉਂਕਿ ਮੇਰੇ ਘਰ ਕੀ ਨਹੀਂ ਆਇਆ ਕਾਰਡ। ਤੇ ਕਾਰਡ ਸੱਦੇ ਨੂੰ ਦਿਖਾਉਂਦਾ, ਤੇ ਜੇ ਤੁਹਾਨੂੰ ਕਾਰਡ ਨਾ ਦਿੱਤਾ ਜਾਵੇ ਤੁਸੀਂ ਚਲ ਜਾਂਦੇ ਵਿਆਹ, ਬੋਲੋ ਕਾਹਤੇ ਨਹੀਂ ਜਾਂਦੇ? ਕਾਰਡ ਵਿੱਚ ਇੱਦਾਂ ਦਾ ਕਿਹੜਾ ਜੰਤਰ ਫਿੱਟ ਆਵੇ ਜਿਹੜਾ ਤੁਹਾਨੂੰ ਲੈ ਕੇ ਜਾਂਦਾ? ਕਾਰਡ ਵਿੱਚ ਇੱਕ ਸੱਦਾ ਹੈ, ਬੋਲੋ ਕਾਰਡ ਵਿੱਚ ਇੱਕ ਇਨਵੀਟੇਸ਼ਨ, ਤੁਹਾਨੂੰ ਬੁਲਾਇਆ ਗਿਆ, ਖੁਸ਼ੀ ਆਉਂਦੀ ਵੀ ਸਾਨੂੰ ਕੀ ਕੀਤਾ ਗਿਆ, ਬੋਲੋ ਨਾ ਹੁਣ ਖੁਸ਼ੀ ਆਉਂਦੀ ਸਾਨੂੰ ਕੀ ਕੀਤਾ ਗਿਆ, ਤੇ ਤੁਹਾਨੂੰ ਹੁਣ ਪ੍ਰਭੂ ਦੇ ਘਰ ਬੁਲਾਇਆ ਗਿਆ ਤੇ ਤੁਹਾਨੂੰ ਕੀ ਹੋਣੀ ਚਾਹੀਦੀ, ਫਿਰ ਖੁਸ਼ੀ ਹੋਣੀ ਚਾਹੀਦੀ ਕਿ ਨਹੀਂ? ਪਰ ਸਾਨੂੰ ਕਈ ਵਾਰੀ ਖੁਸ਼ੀ ਹੁੰਦੀ ਨਹੀਂ ਆ, ਸਾਨੂੰ ਲੱਗਦਾ ਅਸੀਂ ਆਪੇ ਹੀ ਆਏ ਹਾਂ, ਨਹੀਂ ਨਹੀਂ ਇਹ ਤੁਹਾਡਾ ਭਰਮ ਹੈ, ਤੁਸੀਂ ਆਪ ਨਹੀਂ ਆਏ, ਤੁਹਾਨੂੰ ਕੀ ਕੀਤਾ ਗਿਆ? ਆਹ ਬਾਈਬਲ ਚੋਂ ਪੜ੍ਹ ਲੈਣਾ ਆਪਾਂ, ਦੇਖੋ ਇਹ 'ਚ ਹੀ ਲਿਖਿਆ ਵੀ ਉਹਨੇ ਤੁਹਾਨੂੰ ਸੱਦਿਆ ਤੇ ਬੁਲਾਇਆ ਆ। ਆ ਜਾਓ ਇਹਨੂੰ ਦੁਬਾਰਾ ਪੜ੍ਹੋ ਜ਼ਰਾ। ਹਾਂ, ਇਸ ਕਾਰਨ ਹੇ ਭਰਾਵੋ, ਇਸ ਕਰਕੇ ਹੇ ਭਰਾਵੋ, ਆਪਣੇ ਸੱਦੇ ਜਾਣ, ਆਪਣੇ ਬੋਲੋ ਹੁਣ ਖੁਸ਼ੀ ਦੇ ਨਾਲ ਬੋਲੋ, ਮੈਨੂੰ ਪ੍ਰਭੂ ਨੇ ਬੁਲਾਇਆ ਆ, ਮੈਂ ਸੱਦਿਆ ਗਿਆ ਹਾਂ। ਹਾਂ, ਕਹਿੰਦਾ ਆਪਣੇ ਸੱਦੇ ਜਾਣ, ਅਗਲੀ ਗੱਲ ਅਤੇ ਚੁਣੇ ਜਾਣ ਨੂੰ। ਹਾਂ, ਆਪਣੇ ਸੱਦਿਆ ਵੀ ਗਿਆ ਤੇ ਨਾਲ, ਓਕੇ। ਤੇ ਜਦੋਂ ਲੜਕੇ ਦਾ ਵਿਆਹ ਹੁੰਦਾ, ਵਿਆਹ 'ਚ ਤਾਂ ਬਹੁਤ ਲੋਕਾਂ ਨੂੰ ਸੱਦਦੇ ਆ, ਪਰ ਬਰਾਤ ਵਿੱਚ ਜਾਣ ਨੂੰ ਕੀ ਕਰਦੇ ਆ? ਚੁਣੇ ਜਾਂਦੇ ਆ। ਸਹੀ ਆ ਕਿ ਗਲਤ ਆ? ਤੇ ਉਹਨੇ ਤੁਹਾਨੂੰ ਕੀ ਕਰ ਲਿਆ ਹੁਣ? ਬੁਲਾ ਵੀ ਲਿਆ ਤੇ ਚੁਣ ਵੀ ਲਿਆ। ਇਹਦਾ ਮਤਲਬ ਆਪਾਂ ਸਾਰੇ ਕਿੱਥੇ ਜਾਵਾਂਗੇ? ਬਰਾਤੇ ਜਾਵਾਂਗੇ। ਕਿਹਦੇ? ਕਿਉਂਕਿ ਬਾਈਬਲ 'ਚ ਲਿਖਿਆ ਲਾੜਾ ਆਉਣ ਵਾਲਾ ਤੇ ਦੁਲਹਨ ਤਿਆਰ ਹੋ ਰਹੀ ਹੈ। ਹਾਲੇਲੂਇਆ। ਲਾੜਾ ਆਉਣ ਵਾਲਾ ਤੇ ਦੁਲਹਨ, ਤੇ ਆਪਾਂ ਸਾਰੇ ਕੀ ਆ? ਦੁਲਹਨ ਆ ਆਪਾਂ। ਤੇ ਆਪਾਂ ਅੱਜ ਦੁਲਹਨ, ਅੱਜ ਉਹਦੇ ਵਚਨ ਦੇ ਨਾਲ ਸ਼ਿੰਗਾਰ ਕਰ ਰਹੀ ਹੈ, ਆਪਣੇ ਆਪ ਨੂੰ ਤਿਆਰ ਕਰ ਰਹੀ ਹੈ ਦੁਲਹਨ। ਤੇ ਬਾਣੀ ਦੇ ਵਿੱਚ ਲਿਖਿਆ ਯੇਸੂ ਮਸੀਹ ਆਪਣੇ ਕਹਿਣ ਦੇ ਅਨੁਸਾਰ ਇੱਕ ਦਿਨ ਬੱਦਲਾਂ ਤੇ ਆਵੇਗਾ, ਚੜ੍ਹਦਿਓ ਲਹਿੰਦੇ ਤੱਕ ਚਮਕਾਰੇ ਪੈਣਗੇ, ਤੇ ਸਾਰੀ ਦੁਨੀਆਂ ਦੇਖੇਗੀ ਕਿ ਉਹ ਸਵਰਗ ਦੂਤਾਂ ਦੀਆਂ ਤੁਰੀਆਂ ਦੇ ਨਾਲ ਬਾਦਸ਼ਾਹ ਦੁਨੀਆਂ ਦਾ ਆ ਰਿਹਾ ਤੇ ਆਪਣੀ ਦੁਲਹਨ ਨੂੰ ਲੈਣ ਵਾਸਤੇ ਆ ਰਿਹਾ ਹੈ। ਹੁਣ ਅਸੀਂ ਮਰਨਾ ਵੀ ਮਸੀਹ ਦੇ ਨਾਲ, ਕਹੋ ਹੁਣ ਅਸੀਂ ਮਰਨਾ ਵੀ ਤੇ ਜੀਣਾ ਵੀ। ਹਾਲੇਲੂਇਆ। ਆ ਗੱਲ ਨਾ ਮੈਨੂੰ ਅੱਜ ਜਦੋਂ ਸਵੇਰੇ ਮੈਂ ਮੰਗ ਰਿਹਾ ਸੀ ਕਿ ਖੁਦਾ ਮੈਨੂੰ ਅੱਜ ਦਾ ਵਚਨ ਦਿਓ, ਮੈਂ ਅੱਜ ਕੀ ਬੋਲਣਾ, ਜੋ ਮੈਨੂੰ ਆਹ ਮਿਲਿਆ ਨਾ, ਮੈਨੂੰ ਆਨੰਦ ਆ ਗਿਆ, ਇੰਨਾ ਜ਼ਿਆਦਾ ਆ ਗਿਆ ਆਨੰਦ, ਹੈ ਨਾ, ਮੈਨੂੰ ਸ਼ਾਇਦ ਲੱਗਦਾ ਤੁਹਾਨੂੰ ਵੀ ਆ ਰਿਹਾ ਆਨੰਦ। ਇੱਕ ਵਾਰੀ ਫਿਰ ਦੇਖਦੇ ਜ਼ਰਾ ਇਹਨੂੰ। ਹਾਂ, ਪੜ੍ਹੋ ਜ਼ਰਾ ਦਸ ਆਇਤ। ਇਸ ਕਾਰਨ ਹੇ ਭਰਾਵੋ, ਇਸ ਕਰਕੇ ਕਹਿੰਦਾ ਭਰਾਵੋ ਭੈਣੋ, ਵਿੱਚੇ ਹੀ ਆ ਸਾਰੇ। ਹਾਂਜੀ, ਅਗਲੀ ਗੱਲ ਆਪਣੇ ਸੱਦੇ ਜਾਣ, ਆਹਾ ਆਪਣੇ
ਕਾਰਡ ਆ ਗਿਆ ਤੁਹਾਨੂੰ ਤੇ ਉੱਤੇ ਬਰਾਤ ਦੀ ਸਲਿੱਪ ਵੀ ਲੱਗੀ ਹੈ। ਹਾਲੇਲੂਇਆ। ਸਾਰੇ ਕਾਰਡਾਂ ਤੇ ਤੁਸੀਂ ਲਾਉਂਦੇ ਆ ਸਲਿੱਪ? ਦੱਸੋ ਬਈ। ਨਹੀਂ, ਕਿਹਦੇ ਲਾਉਂਦੇ ਆ? ਚੁਣਿਆ ਹੋਇਆਂ ਦੇ ਬਈ। ਆ ਇਹਨੂੰ ਸੱਦੋ ਬਈ, ਇਹਨੂੰ ਆਪਾਂ ਸੱਦਣਾ ਕਿਉਂਕਿ ਉਹ ਚੁਣਿਆ ਜਾਂਦਾ ਹੈ। ਤੇ ਹੁਣ ਪ੍ਰਭੂ ਨੇ ਤੁਹਾਨੂੰ ਕੀ ਕਰ ਲਿਆ? ਪਹਿਲਾਂ ਬੁਲਾ ਲਿਆ ਨਾਲ ਹੀ। ਇਸ ਕਰਕੇ ਕੋਈ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਨਾ ਕਰੇ ਕਿ ਮੈਂ ਕਮਜ਼ੋਰ ਹਾਂ, ਮੈਂ ਨੀਵਾਂ ਹਾਂ, ਮੈਂ ਘੱਟ ਪੜ੍ਹਿਆ ਹਾਂ, ਮੈਂ ਅਨਪੜ੍ਹ ਹਾਂ। ਪ੍ਰਭੂ ਨੇ ਜੇ ਚੁਣ ਲਿਆ ਤੇ ਉਹਦੀ ਵਿਰਾਸਤ ਦੇ ਤੁਸੀਂ ਹੱਕਦਾਰ ਹਾਂ। ਇਸ ਲਈ ਆਪਣੇ ਆਪ ਨੂੰ ਨੀਵੇਂ, ਕਮਜ਼ੋਰ ਔਰ ਆਪਣੇ ਆਪ ਨੂੰ ਘੱਟ ਨਾ ਸਮਝੋ ਕਿਸੇ ਦੇ ਨਾਲੋਂ, ਕਿਉਂਕਿ ਤੁਸੀਂ ਸੈਣ ਸ਼ਾਹਾਂ ਦੀ, ਜਿਹੜਾ ਸੈਣ ਸ਼ਾਹਾਂ ਦਾ ਸੈਣ ਸ਼ਾਹ ਤੇ ਪ੍ਰਭੂਆਂ ਦਾ ਪ੍ਰਭੂ ਤੇ ਰਾਜਿਆਂ ਦਾ ਰਾਜਾ, ਉਹਦੇ ਕਿੰਗਡਮ ਦੇ ਹਿੱਸੇਦਾਰ ਬਣਨ ਵਾਸਤੇ ਬੁਲਾਏ ਗਏ ਅੱਜ। ਇਸ ਕਰਕੇ ਕੋਈ ਮੈਟਰ ਨਹੀਂ ਕਰਦਾ ਤੁਹਾਡੀ ਜ਼ਿੰਦਗੀ ਦੇ ਅੰਦਰ ਪ੍ਰੋਬਲਮ ਕਿਹੜੀ ਹੈ। ਬਾਈਬਲ 'ਚ ਲਿਖਿਆ ਉਹ ਆਪਣੇ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਕੀ ਕਰਦਾ। ਬਸ ਤੁਸੀਂ ਕਾਰਡ 'ਤੇ ਚੜ੍ਹਦੇ ਹੋ ਹੁਣ। ਕਈ ਵਾਰੀ ਆਪਾਂ ਦੂਜੇ ਨੂੰ ਸਮਝਾਉਣ ਲਈ ਕੀ ਕਹਿੰਦੇ, ਤੈਂ ਕਾਰਡ 'ਤੇ ਚੜ੍ਹ ਕੇ ਜਾਣਾ, ਜਦ ਹੁਣ ਉਹ ਕਹਿੰਦੇ ਆ। ਉਹ ਕਹਿੰਦੇ ਨਹੀਂ, ਮੈਂ ਨਹੀਂ ਜਾਣਾ, ਮੈਨੂੰ ਕਾਰਡ ਨਹੀਂ ਦਿੱਤਾ। ਉਹ ਫਿਰ ਕਹਿੰਦੇ ਦੱਸ ਤਾਂ ਇਹਨੂੰ, ਸਮਝਾਓ ਹੁਣ। ਅਕਸਰ ਵਿਆਹਾਂ 'ਚ ਰੌਲਾ ਪੈਂਦਾ, ਉਹਨੂੰ ਕਹਿੰਦੇ ਇਹਨੂੰ ਕਹੋ ਤੂੰ ਕਾਰਡ 'ਤੇ ਚੜ੍ਹ ਲੈ, ਮੇਰੇ ਵਾਲਾ ਲੈ ਲੈ, ਇੱਥੇ ਚੜ੍ਹ ਕੇ ਚੱਲ ਜਾ, ਕਹਿੰਦੇ ਨਾ ਆਪਾਂ ਕਈ ਵਾਰੀ ਉਹਨੂੰ। ਉਹ ਕਹਿੰਦਾ ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ ਹੈਗੀ, ਪਰ ਮੈਨੂੰ ਕਾਰਡ ਨਹੀਂ ਆਇਆ, ਮੈਂ ਨਹੀਂ ਜਾਣਾ, ਤੁਸੀਂ ਜਾਓ। ਤੇ ਹੁਣ ਤੁਹਾਨੂੰ ਕੀ ਆ ਗਿਆ? ਸੱਦਾ ਆ ਗਿਆ, ਤੁਹਾਨੂੰ ਬੁਲਾ ਉਹਨੇ ਲਿਆ। ਹੁਣ ਉਹ ਇੱਕ ਗੱਲ ਕਹਿਣੀ ਚਾਹੁੰਦਾ ਆਪਾਂ ਨੂੰ, ਕਹਿੰਦਾ ਮੈਂ ਤੁਹਾਨੂੰ ਬੁਲਾ ਵੀ ਲਿਆ, ਮੈਂ ਤੁਹਾਨੂੰ ਸੱਦ ਵੀ ਲਿਆ। ਹੁਣ ਅਗਲੀ ਗੱਲ ਉਹ ਇੱਕ ਗੱਲ ਕਹਿਣੀ ਚਾਹੁੰਦਾ ਹੈ, ਜਿਹੜੀ ਗੱਲ ਬੜੀ ਇੰਪੋਰਟੈਂਟ ਹੈ ਤੇ ਲਿਖੀ ਵੀ ਇਹਦੇ ਵਿੱਚ ਹੀ ਹੈ। ਪੜ੍ਹੋ ਜਰਾ। ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆ ਕਰਨ ਦਾ ਹੋਰ ਵੀ ਯਤਨ ਕਰੋ। ਵਾਹ, ਕੀ ਕਹਿ ਰਿਹਾ ਅਸਲ ਦੇ ਵਿੱਚ? ਪਹਿਲਾਂ ਉਹਨੇ ਸਟੇਟਮੈਂਟ ਦਿੱਤੀ ਵੀ ਤੁਸੀਂ ਸੱਦੇ ਵੀ ਗਏ ਆ, ਚੁਣੇ ਵੀ ਗਏ ਆ, ਹੁਣ ਕੀ ਕਰਿਓ? ਹੈ ਪੱਕਾ ਆਪਣੇ ਆਪ ਨੂੰ ਕੀ ਕਰਿਓ? ਐਵੇਂ ਕਿਤੇ ਇੱਧਰ ਉੱਧਰ ਆਵਾਜ਼ਾਂ ਸੁਣ ਕੇ ਨੱਠ ਨਾ ਜਾਇਓ ਕਿਤੇ, ਇਮਾਨ ਵਿੱਚ ਕਮਜ਼ੋਰ ਨਾ ਬਣ ਜਾਓ ਕਿਤੇ, ਆਪਣੀ ਨੇਚਾ ਵਿੱਚ ਬੇਪ੍ਰਤੀਤੇ ਨਾ ਹੋ ਜਾਓ ਕਿਤੇ, ਘਨੌਣੇ ਕੰਮ ਨਾ ਕਰਨ ਲੱਗ ਪਿਓ ਕਿਤੇ, ਡਰ ਨਾ ਜਾਇਓ ਕਿਤੇ, ਕਿਉਂਕਿ ਉਹ ਕੀ ਕਹਿੰਦਾ? ਆਪਣੇ ਸੱਦੇ ਜਾਣ ਤੇ ਚੁਣੇ ਜਾਣ ਨੂੰ ਕੀ ਕਰਿਓ? ਪੱਕਾ ਕਰਿਓ। ਕੀ ਕਰਿਓ? ਬੋਲੋ ਵੀ ਕੀ ਕਰਨਾ ਅੱਜ ਤੋਂ ਆਪਾਂ? ਤੇ ਪੱਕਾ ਕਿਹਦੇ ਨਾਂ ਵਿੱਚ ਕਰਨਾ? ਯੇਸੂ ਮਸੀਹ ਦੇ ਨਾਮ ਦੇ ਵਿੱਚ ਪੱਕਾ ਕਰਨਾ। ਹੁਣ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਇਸ ਵਚਨ ਨੂੰ ਪੜ੍ਹੇ ਤੇ ਸੁਣੇ ਜਾਣ ਉੱਤੇ ਵੱਡੀ ਬਰਕਤ ਦੇਣ, ਅਤੇ ਪ੍ਰਭੂ ਦੀ ਆਸ਼ੀਸ਼ ਤੁਹਾਡੇ ਜੀਵਨ ਉੱਤੇ ਠਹਿਰੀ ਰਹੇ। ਔਰ ਤੁਸੀਂ ਸੱਦੇ ਗਏ ਆ, ਬੁਲਾਏ ਗਏ ਆ, ਚੁਣੇ ਗਏ ਆ ਔਰ ਉਹਦੇ ਸਵਰਗ ਰਾਜ ਦੇ ਲਈ ਬੁਲਾਏ ਗਏ ਆ। ਪ੍ਰਭੂ ਯੇਸੂ ਮਸੀਹ ਦੇ ਨਾਂ 'ਚ ਮੈਂ ਤੁਹਾਨੂੰ ਬਰਕਤ ਦਿੰਦਾ ਹਾਂ। ਤੁਸੀਂ ਇਸ ਬਰਕਤ ਨੂੰ ਲਓ ਔਰ ਪ੍ਰਭੂ ਦੇ ਨਾਂ ਨੂੰ ਉੱਚਾ ਕਰੋ। ਯੇਸੂ ਮਸੀਹ ਦੇ ਨਾਂ 'ਚ ਮੰਗਦੇ ਹਾਂ। ਇੱਥੇ ਹਫ਼ਤੇ ਦੇ ਪਹਿਲੇ ਐਤਵਾਰ ਪ੍ਰਭੂ ਭੋਜ ਹੁੰਦਾ ਹੈ ਤੇ ਮਹੀਨੇ ਦੇ ਆਖਰੀ ਐਤਵਾਰ ਬਪਤਿਸਮੇ ਦਿੱਤੇ ਜਾਂਦੇ ਹਨ। ਜੇਕਰ ਤੁਸੀਂ ਇਸ ਸੇਵਕਾਈ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਦਾਨ ਰਾਸ਼ੀਆਂ ਇਸ ਪਤੇ 'ਤੇ ਭੇਜ ਸਕਦੇ ਹੋ।
ਵੀਡੀਓਸ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।